ਸਟਾਰ ਕੈਨੇਡਾ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਤੁਹਾਡੇ ਆਪਣੇ ਦੋਸਤ ਅਤੇ ਹੋਸਟ ਨਰਦੇਵ ਸਿੰਘ ਆਕੜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਦੋਸਤੋ, ਲੈ ਕੇ ਹਾਜ਼ਰ ਹਾਂ ਸਟਾਰ ਤਕਰਾਰ। ਸਟਾਰ ਤਕਰਾਰ ਦੇ ਵਿੱਚ ਅੱਜ ਅਸੀਂ ਮੁੱਦਾ ਰੱਖਾਂਗੇ, ਲੰਘੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਸਰਬਦਲੀ ਮੀਟਿੰਗ ਆਯੋਜਿਤ ਕੀਤੀ ਗਈ, ਜਿਹਦੇ ਵਿੱਚ ਪੰਜਾਬ ਦੇ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਪਾਣੀ ਸਾਡਾ ਦਿਨ ਪ੍ਰਤੀ ਦਿਨ ਡਾਊਨ ਲੈਵਲ, ਜਿਹੜਾ ਵਾਟਰ ਲੈਵਲ ਡਾਊਨ ਹੁੰਦਾ ਜਾ ਰਿਹਾ, ਨੈਚੁਰਲ ਪਾਣੀ ਦੀ ਸੰਭਾਲ ਹੈ ਨਹੀਂ, ਦਰਿਆਵੀ ਪਾਣੀਆਂ ਦਾ ਪਾਣੀ ਪੰਜਾਬ ਤੋਂ ਲੁੱਟਿਆ ਜਾ ਰਿਹਾ। ਉਹਦੇ ਲਈ ਨਵੇਂ ਟ੍ਰਿਬਿਊਨਲ ਦੀ ਮੰਗ ਵੀ ਕੀਤੀ ਗਈ ਹੈ। ਹੋਰ ਵੀ ਬੜੇ ਇਸਦੇ ਵਿੱਚ ਮੁੱਦੇ ਖੜ੍ਹੇ ਹੋਏ, ਵੱਖ ਵੱਖ ਪੋਲੀਟੀਕਲ ਪਾਰਟੀਆਂ ਨੇ ਕਿੰਤੂ ਵੀ ਕੀਤੇ, ਉਹਨਾਂ ਮੁੱਦਿਆਂ ਨੂੰ ਵੀ ਛੋਹਿਆ ਜਿਹਨਾਂ ਮੁੱਦਿਆਂ ਨੂੰ ਪੰਜਾਬ ਸਰਕਾਰ ਛੋਹਣਾ ਨਹੀਂ ਸੀ ਚਾਹੁੰਦੀ। ਚਲੋ, ਦੇਰ ਆਏ ਦਰੁਸਤ ਆਏ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਮੁੱਦੇ 'ਤੇ ਜਿਹੜਾ ਇੱਕ ਮੂੰਹ ਹੋ ਕੇ ਜਾਂ ਇੱਕ ਮੰਚ 'ਤੇ ਬਹਿ ਕੇ ਇਹ ਗੱਲ ਨੂੰ ਸਪੋਰਟ ਕੀਤੀ ਹੈ ਕਿ ਇਹ ਲਾਗੂ ਪੰਜਾਬ 'ਚ ਹੋਣਾ ਚਾਹੀਦਾ। ਉਹਦੇ ਲਈ ਮੇਰੇ ਨਾਲ ਹਾਜ਼ਰ ਨੇ ਅੱਜ ਉਚੇਚੇ ਤੌਰ 'ਤੇ ਸਰ ਅਮਰਜੀਤ ਸਿੰਘ ਬੜੈਜ, ਜੋ ਸਟੇਸ਼ਨ ਡਾਇਰੈਕਟਰ ਨੇ ਆਲ ਇੰਡੀਆ ਰੇਡੀਓ ਪਟਿਆਲਾ ਦੇ। ਜੀ, ਸਵਾਗਤ ਹੈ ਬੜੈਜ ਸਾਹਿਬ। ਨਾਲ ਡਾਕਟਰ ਭੀਮਿੰਦਰ ਜੀ, ਜੋ ਬੁਲਾ ਰਹੇ ਨੇ ਆਮ ਆਦਮੀ ਪਾਰਟੀ ਦੇ। ਜੀ, ਸਵਾਗਤ ਹੈ ਜੀ। ਨਾਲ ਹੀ ਸਰ ਜੋਗਾ ਸਿੰਘ ਚਾਪੜ, ਜੋ ਬੁਲਾ ਰਹੇ ਨੇ ਪੰਥਕ ਅਕਾਲੀ ਲਹਿਰ ਦੇ। ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸ਼ੁਕਰੀਆ ਬੜਾਈ ਸਾਹਿਬ। ਜਿਵੇਂ ਮੈਂ ਦੱਸਿਆ ਕਿ ਲੰਘੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਸਰਬਦਲੀ ਮੀਟਿੰਗ ਸੱਦੀ ਗਈ, ਉਹ ਸਰਬਦਲੀ ਮੀਟਿੰਗ ਦੇ ਮਾਮਲੇ 'ਚ ਬੇਸ਼ੱਕ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਜਿਵੇਂ ਬਿਆਨ ਆਇਆ, ਕਿਉਂਕਿ ਵਿਰੋਧਤਾ ਵੀ ਹੋਈ ਆ ਉਸ ਸਰਬਦਲੀ ਮੀਟਿੰਗ ਦੀ, ਧਰਨੇ ਵੀ ਲੱਗੇ ਆ, ਉੱਥੇ ਨਾਅਰੇਬਾਜ਼ੀ ਵੀ ਹੋਈ ਹੈ, ਕਈ ਕਿਸਾਨ ਜਥੇਬੰਦੀਆਂ ਨੇ ਵੀ ਇਹਤੇ ਕਿੰਤੂ ਪਰੰਤੂ ਕੀਤਾ, ਕਈ ਪੋਲੀਟੀਕਲ ਪਾਰਟੀਆਂ ਨੇ ਵੀ ਕੀਤਾ ਕਿ ਸਾਨੂੰ ਸੱਦਿਆ ਨਹੀਂ ਗਿਆ। ਕੀ ਕਹਿਣਾ ਚਾਹੁੰਦੇ ਹੋ ਆਕੜੀ ਸਾਹਿਬ? ਇਹ ਇੱਕ ਮੂਮੈਂਟ ਇਹੋ ਜਿਹੀ ਪੰਜਾਬ ਦੇ ਵਿੱਚ ਆਈ ਹੈ ਕਿ ਜਿਸ ਵਕਤ ਇਹ ਮਹਿਸੂਸ ਕੀਤਾ ਗਿਆ ਕਿ ਘੱਟੋ ਘੱਟ ਪਾਰਟੀਆਂ ਨੇ ਮਹਿਸੂਸ ਕੀਤਾ ਕਿ ਇਸ ਮੁੱਦੇ 'ਤੇ ਇਕੱਠੇ ਹੋ ਕੇ ਜੇਕਰ ਅਸੀਂ ਲੜਦੇ ਹਾਂ ਤਾਂ ਅਸੀਂ ਪੰਜਾਬ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਬਚਾਉਣ ਵਿੱਚ ਬਹੁਤ ਵੱਡਾ ਜਿਹੜਾ ਉਹ ਕਦਮ ਲੈ ਸਕਦੇ ਹਾਂ। ਔਰ ਇਹਦੇ ਲਈ ਪਾਰਟੀਆਂ ਇਕੱਠੀਆਂ ਵੀ ਹੋਈਆਂ ਜੀ, ਔਰ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਦੇ ਮੈਂ ਸਮਝਦਾ ਕਿ ਉਹਨਾਂ ਦੀ ਮਜਬੂਰੀ ਵੀ ਸੀ ਜੀ। ਇਸ ਵਕਤ ਜੇ ਉਹ ਨਾ ਇਕੱਠੀਆਂ ਹੁੰਦੀਆਂ ਤੇ ਉਹਨਾਂ ਨੇ 22 ਦੇ ਵਿੱਚ ਵੀ ਆਉਣਾ ਫਿਰ ਲੋਕਾਂ ਦੇ ਜੀ ਜੀ ਜੀ। ਲੇਕਿਨ ਜਿਹੜੇ ਲੋਕਾਂ ਨੂੰ ਉਹਨਾਂ ਨੇ ਬਾਕੀ ਨੁਮਾਇੰਦਿਆਂ ਨੂੰ ਨਹੀਂ ਸੱਦਿਆ ਜੀ, ਉਹ ਸੱਚਮੁੱਚ ਇੱਕ ਚਿੰਤਾ ਵਾਲੀ ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਉਹ ਵੀ ਲੋਕ ਨੁਮਾਇੰਦੇ ਨੇ, ਉਹ ਚੁਣ ਕੇ ਆਏ ਹੋਏ ਨੇ ਆਪਣੇ ਜੀ ਜੀ, ਤੇ ਸਿਰਫ ਇਸ ਗੱਲ ਨਾਲ ਕਿ ਜੀ ਚੋਣ ਕਮਿਸ਼ਨ ਵੱਲੋਂ ਰਜਿਸਟਰਡ ਪਾਰਟੀਆਂ ਨੂੰ ਹੀ ਅਸੀਂ ਇਹਦੇ ਵਿੱਚ ਬੁਲਾਇਆ ਗਿਆ ਜੀ, ਤੇ ਮੈਂ ਸਮਝਦਾ ਕਿ ਇਹ ਮੁੱਦਾ ਇੱਕ ਇਹੋ ਜਿਹਾ ਜਿੱਥੇ ਅਗਰ ਇਸ ਕਿਸਮ ਦਾ ਕੋਈ ਰੂਲ ਵੀ ਹੈ ਕਿ ਜੀ ਠੀਕ ਹੈ ਇਸ ਤਰ੍ਹਾਂ ਦੀ ਤੁਸੀਂ ਆਲ ਪਾਰਟੀ ਮੀਟਿੰਗ ਵਿੱਚ ਉਹਨਾਂ ਨੂੰ ਨਹੀਂ ਬੁਲਾਉਣਾ, ਹਾਲੇ ਕਿ ਇਸ ਤਰ੍ਹਾਂ ਦਾ ਕੋਈ ਰੂਲ ਨਹੀਂ ਹੈਗਾ ਜੀ ਜੀ, ਤਾਂ ਇਸ ਮੌਕੇ 'ਤੇ ਪੰਜਾਬ ਦੇ ਹਿੱਤਾਂ ਲਈ ਜਿੰਨੇ ਵੀ ਲੋਕ ਵੱਧ ਤੋਂ ਵੱਧ ਇਕੱਠੇ ਹੋ ਸਕਦੇ ਅਤੇ ਘੱਟੋ ਘੱਟ ਪੂਰੀ ਵਿਧਾਨ ਸਭਾ ਜਿਹੜੀ ਹੈ ਜੀ ਉਹਦੇ ਨੁਮਾਇੰਦੇ ਉੱਥੇ ਹੁੰਦੇ ਤਾਂ ਮੈਂ ਸਮਝਦਾ ਇਸ ਤੋਂ ਵੀ ਵੱਡੀ ਗੱਲ ਹੋਣੀ ਸੀ, ਔਰ ਜਿਹੜੇ ਉਹਨਾਂ ਨੂੰ ਹੁਣ ਮੌਕਾ ਮਿਲ ਗਿਆ ਬੋਲਣ ਦਾ ਜੀ ਜੀ, ਔਰ ਉਹ ਆਪਣਾ ਇੱਕ ਨਵਾਂ ਮੁੱਦਾ ਲੈ ਕੇ ਆਉਣਗੇ। ਮੈਂ ਸਮਝਦਾ ਇਹ ਸਰਕਾਰ ਵੱਲੋਂ ਜਾਂ ਤਾਂ ਉਹਨਾਂ ਕੋਲੋਂ ਕੁਤਾਹੀ ਹੋ ਗਈ ਹੈ ਜੀ, ਜਾਂ ਕਿਸੇ ਲੈਵਲ 'ਤੇ ਉਹਨਾਂ ਨੂੰ ਗਾਈਡ ਗਲਤ ਕਰ ਦਿੱਤਾ ਜੀ, ਇਹ ਜ਼ਿਆਦਾ ਉਹ ਸਮਝਦੇ ਆ। ਕਿਤੇ ਇੱਦਾਂ ਤਾਂ ਨਹੀਂ ਲੱਗਾ ਬੜਾਈ ਸਾਹਿਬ, ਕਿਉਂਕਿ ਸਿਮਰਨਜੀਤ ਸਿੰਘ ਬੈਂਸ ਜਿਹੜੇ ਹੈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਹੈ, ਉਹਨਾਂ ਨੇ ਅਕਾਲੀ ਭਾਜਪਾ ਸਰਕਾਰ ਵੇਲੇ ਵਿਧਾਇਕ ਹੁੰਦਿਆਂ ਬਹੁਤ ਉੱਦਮ ਦੇ ਨਾਲ, ਬੜੀ ਦ੍ਰਿੜਤਾ ਦੇ ਨਾਲ, ਬੜੀ ਨਿਰਭੈਤਾ ਦੇ ਨਾਲ ਪਾਣੀਆਂ ਦੇ ਮੁੱਦੇ ਚੱਕੇ ਸੀ।
ਰਾਜਸਥਾਨ ਨੂੰ ਗਏ ਪਾਣੀ ਦੀ ਰਾਇਲਟੀ ਦੀ ਉਹਨਾਂ ਨੇ ਗੱਲ ਕੀਤੀ ਸੀ। ਕਿਤੇ ਇਹ ਤਾਂ ਨਹੀਂ ਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਰੌਲਾ ਜ਼ਿਆਦਾ ਪਾਉਂਦਾ, ਕਿਤੇ ਦੁਬਾਰਾ ਸਰਬਦਲੀ ਮੀਟਿੰਗ 'ਚ ਮੁੱਦਾ ਨਾ ਚੱਕ ਲਏ? ਮੈਂ ਉਹੀ ਗੱਲ ਕਰ ਰਿਹਾ ਕਿ ਉਹਨਾਂ ਦੀਆਂ ਰਾਜਨੀਤਿਕ ਮਜਬੂਰੀਆਂ ਕਾਰਨ ਜੀ ਉਹਨਾਂ ਨੇ ਇਹ ਫੈਸਲਾ ਲਿਆ ਕਿ ਇਹਨਾਂ ਨੂੰ ਬਾਹਰ ਰੱਖਿਆ ਜਾਵੇ। ਔਰ ਮੈਂ ਸਮਝਦਾ ਕਿ ਲੋਕ ਬੜੇ ਸਿਆਣੇ ਹੋ ਗਏ ਆ ਜੀ, ਉਹਨਾਂ ਨੂੰ ਪਤਾ ਹੈ ਕਿ ਕੀ ਕੁਛ ਹੋ ਰਿਹਾ ਔਰ ਲੀਡਰਾਂ ਦੇ ਜਿਹੜੇ ਬਿਆਨ ਦਿੱਤੇ ਜਾਂਦੇ ਉਹਨਾਂ ਵੱਲੋਂ ਜੀ, ਉਹਨਾਂ ਦੇ ਸ਼ਬਦ ਕੀ ਹੁੰਦੇ ਆ ਅਤੇ ਉਹਨਾਂ ਦੇ ਅਰਥ ਕੀ ਹੁੰਦੇ ਆ, ਲੋਕ ਅੱਜ ਕੱਲ੍ਹ ਬਹੁਤ ਸਿਆਣੇ ਹੋ ਗਏ। ਜੀ 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 ਡਾਕਟਰ ਭੀਮਿੰਦਰ ਜੀ, ਜਿਵੇਂ ਬੜਾਈ ਸਾਹਿਬ ਨੇ ਕਿਹਾ ਹੈ ਕਿ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਸੱਦਿਆ ਜਾਣਾ ਬਣਦਾ ਸੀ, ਉਹਦਾ ਚੰਗਾ ਮੈਸੇਜ ਪੰਜਾਬ ਦੇ ਲੋਕਾਂ ਨੂੰ ਜਾਂਦਾ, ਕੇਂਦਰ ਨੂੰ ਵੀ ਜਾਂਦਾ, ਲੇਕਿਨ ਬੜੀਆਂ ਅਡੰਬਣਾ ਵਾਲੀ ਗੱਲ ਹੈ ਕਿ ਕੁਛ ਐਸੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦਾ ਕੋਈ ਨੁਮਾਇੰਦਾ ਵੀ ਹੈ ਨਹੀਂ, ਪੰਜਾਬ ਵਿਧਾਨ ਸਭਾ ਦਾ ਸ਼ਿੰਗਾਰ ਨਹੀਂ ਬਣੇ, ਨਾ ਉਹਨਾਂ ਦਾ ਕੋਈ ਨੁਮਾਇੰਦਾ ਜਿੱਤਿਆ, ਉਹਨਾਂ ਪਾਰਟੀਆਂ ਨੂੰ ਤਾਂ ਨੁਮਾਇੰਦਗੀ ਦਿੱਤੀ ਗਈ, ਬਿਠਾਉਣ ਲਈ ਪ੍ਰਬੰਧ ਕੀਤਾ ਗਿਆ, ਲੇਕਿਨ ਜਿਹੜੀਆਂ ਪੰਥਕ ਲਹਿਰਾਂ ਦੇ ਵਿੱਚ ਵੱਡੇ ਕੱਦਵਾਰ ਨੇਤਾ ਜਿਵੇਂ ਬ੍ਰਹਮਪੁਰਾ ਹੋ ਗਏ ਜਾਂ ਪੰਥਕ ਲਹਿਰ ਦੀ ਪਾਰਟੀ ਹੋ ਗਈ ਜਾਂ ਬੈਂਸ ਬ੍ਰਦਰ ਹੋ ਗਏ ਜਾਂ ਵੱਡੀ ਗੱਲ ਕਰ ਰਹੀ ਹੈ ਜਿਨ੍ਹਾਂ ਲਈ ਰਿਲੇਟਡ ਮੁੱਦਾ ਹੀ ਭਾਰਤੀ ਕਿਸਾਨ ਯੂਨੀਅਨ ਦਾ ਕੋਈ ਨੁਮਾਇੰਦਾ ਨਾ ਸੱਦਿਆ ਜਾਣਾ, ਤੁਹਾਨੂੰ ਲੱਗਦਾ ਨਹੀਂ ਕੋਈ ਇਹਦੇ ਵਿੱਚ ਵੀ ਰਾਜਨੀਤੀ ਚੱਲਦੀ ਰਹੀ? ਬਿਲਕੁਲ ਜੀ, ਜਦੋਂ ਆਪਾਂ ਦੇਖਦੇ ਹਾਂ ਕਿ ਪਾਣੀਆਂ ਦੇ ਇਤਿਹਾਸ ਜਦੋਂ ਅਸੀਂ ਸਿਆਸਤ ਨਾਲ ਮੇਲ ਕੇ ਦੇਖਦੇ ਹਾਂ ਪਿਛਲੇ ਲਗਭਗ 70 ਸਾਲਾਂ ਤੋਂ ਜੀ, ਆਕੜੀ ਜੀ 4 ਜਾਂ 5 ਵਾਰੀ ਐਸੇ ਮੌਕੇ ਆਏ ਨੇ ਜਦੋਂ ਪੰਜਾਬ ਦੇ ਵਿੱਚ ਵੀ ਇੱਕੋ ਹੀ ਪਾਰਟੀ ਦੀ ਸਰਕਾਰ ਰਹੀ ਹੈ, ਮੰਨ ਲਓ ਕਾਂਗਰਸ ਦੀ, ਸੈਂਟਰ ਵਿੱਚ ਵੀ ਕਾਂਗਰਸ ਦੀ ਸਰਕਾਰ, ਹਰਿਆਣੇ ਵਿੱਚ ਵੀ, ਰਾਜਸਥਾਨ ਵਿੱਚ ਵੀ, ਔਰ ਈਵਨ ਦਿੱਲੀ ਵਿੱਚ ਵੀ ਜੀ, ਔਰ ਇਹ ਉਸ ਤੋਂ ਬਾਅਦ ਬੀਜੇਪੀ ਅਤੇ ਅਕਾਲੀ ਦਲ ਦੀ ਸਰਕਾਰ ਪਿਛਲੇ 10 ਸਾਲ ਜਿਹੜੀ ਰਹੀ ਹੈ, ਸੈਂਟਰ ਵਿੱਚ ਵੀ ਬੀਜੇਪੀ ਦੀ ਸਰਕਾਰ ਸੀ, ਹਰਿਆਣੇ ਵਿੱਚ ਵੀ ਬੀਜੇਪੀ ਦੀ ਸਰਕਾਰ ਸੀ। ਮਤਲਬ ਕਹਿਣ ਦਾ ਮੇਰਾ ਇਹ ਹੈ ਕਿ ਜੇ ਉਸ ਵੇਲੇ ਮਸਲੇ ਹੱਲ ਨਹੀਂ ਹੋ ਸਕੇ ਜੀ ਤਾਂ ਅੱਜ ਇਸ ਦੀ, ਮੈਂ ਨਹੀਂ ਕਹਿੰਦਾ ਵੀ ਪਾਣੀਆਂ 'ਤੇ ਗੱਲ ਹੋਣੀ ਚਾਹੀਦੀ ਹੈ ਜੀ, ਪਰ ਪਾਣੀਆਂ 'ਤੇ ਤਾਂ ਹੀ ਗੱਲ ਹੋਏਗੀ ਜੇ ਸਿਆਸਤ ਸਿਆਸੀ ਤੌਰ 'ਤੇ ਤੁਹਾਡੀ ਨੀਤ ਸਾਫ਼ ਹੈ ਜੀ। ਨੀਤ ਔਰ ਨੀਤੀ ਜਿੰਨੀ ਦੇਰ ਸਾਫ਼ ਨਹੀਂ ਹੁੰਦੀ, ਇੱਥੋਂ ਇਹ ਲੱਗਦਾ ਤੁਸੀਂ ਜਿਹੜੀ ਇਸ਼ਾਰਾ ਕਰ ਰਹੇ ਹੋ ਕਿ ਇਹਨਾਂ ਦੀ ਨੀਤ ਦੇ ਵਿੱਚ ਕੋਈ ਹੋਰ ਹੈ, ਕੈਪਟਨ ਸਾਹਿਬ ਦਿਖਾਉਣਾ ਆਪਣੇ ਆਪ ਨੂੰ ਕੁਛ ਹੋਰ ਚਾਹੁੰਦੇ ਨੇ ਕਿ ਮੈਂ ਪਾਣੀਆਂ ਦਾ ਰੱਖ ਹਾਂ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਕਪੂਰੀ ਦੇ ਵਿੱਚ ਟੱਕ ਕਿਹਨੇ ਲਵਾਇਆ ਜੀ ਜੀ, ਠੀਕ ਹੈ ਨਾ, ਕੈਪਟਨ ਸਾਹਿਬ ਨੇ ਖੁਦ ਜਿਹੜਾ ਹੈਗਾ ਟੱਕ ਲਵਾਇਆ ਔਰ ਇਹ ਕਿਹਾ ਕਿ SYL ਬਣਨੀ ਚਾਹੀਦੀ ਹੈ ਇੰਦਰਾ ਗਾਂਧੀ ਨੂੰ ਜੀ। ਸੋ ਇੱਕ ਪਾਸੇ ਉਦਾਂ ਦੀ ਸਿਆਸਤ ਰਹੀ ਹੈ ਇਹਨਾਂ ਦੀ ਤੇ ਦੂਜੇ ਪਾਸੇ ਲੋਕ ਵਿਖਾਵਾ ਕਰਦੇ ਨੇ। ਮੈਂ ਨਹੀਂ ਕਹਿੰਦਾ ਕਿ ਹੁਣ ਤੁਸੀਂ 6 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਜੀ ਜੀ, ਔਰ ਲੱਖਾਂ ਏਕੜ ਜ਼ਮੀਨ ਪੰਜਾਬੀ ਕਿਸਾਨਾਂ ਦੀ ਜਿਹੜੀ ਹੈਗੀ ਤਬਾਹ ਹੋਈ ਆ ਉਦੋਂ ਜੀ ਜੀ, ਉਦੋਂ ਇਹਨਾਂ ਦੀ ਰਾਖੀ ਕਿੱਥੇ ਸੀ ਪਾਣੀਆਂ ਦੀ ਜੀ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਜਿਹੜਾ ਹੈਗਾ ਲੋਕ ਵਿਖਾਵਾ ਹੈਗਾ, ਜਿਵੇਂ ਬੈਂਸ ਬ੍ਰਦਰ ਨੇ ਇੰਨਾ ਵੱਡਾ ਮੁੱਦਾ ਚੁੱਕਿਆ ਸੀਗਾ ਪਿਛਲੇ ਲੰਮੇ ਸਮੇਂ ਤੋਂ, ਮੁੱਦਾ ਚੁੱਕਦੇ ਆ ਰਹੇ ਨੇ ਉਹਨਾਂ ਦੇ ਮੁੱਦਾ, ਉਹਨਾਂ ਨੂੰ ਲੱਗਦਾ ਸੀਗਾ ਜੇ ਮੁੱਦਾ ਚੁੱਕਣਗੇ ਸਾਨੂੰ ਇਹਦੇ 'ਤੇ ਕਾਰਵਾਈ ਕਰਨੀ ਪਏਗੀ। ਸੋ ਉਹ ਕਾਰਵਾਈ ਨਹੀਂ ਕਰਨਾ ਚਾਹੁੰਦੇ, ਸਿਰਫ ਲੋਕ ਵਿਖਾਵਾ ਕਰਨਾ ਚਾਹੁੰਦੇ ਨੇ। ਇਹਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਸ ਵੇਲੇ 135 ਦੇ ਵਿੱਚੋਂ 118 ਜਿਹੜੇ ਸਾਡੇ ਬਲਾਕਸ ਨੇ ਉਹ ਖਤਰੇ ਦੇ ਵਿੱਚ ਦੇ ਜ਼ੋਨ ਦੇ ਵਿੱਚ ਨੇ ਜੀ ਜੀ। ਸੋ ਪਾਣੀ ਨੀਚੇ ਜਾ ਰਿਹਾ, ਥੱਲੇ ਜਾ ਰਿਹਾ, ਬੰਜਰ ਹੋ ਰਿਹਾ ਪੰਜਾਬ। ਪੰਜਾਬ ਨੂੰ ਬਚਾਉਣ ਦੇ ਲਈ ਜੇ ਸਾਨੂੰ ਨੀਤ ਸਾਫ਼ ਹੋਏਗੀ, ਮੈਂ ਫਿਰ ਵਾਰ ਵਾਰ ਕਹਿਣਾ ਕਿ ਪੋਲੀਟੀਕਲ ਪਾਰਟੀਆਂ ਨੂੰ ਇਹ ਆਪਣੀਆਂ ਜੇ ਦੋ ਲੋਕ ਦਿਖਾਵੇ ਛੱਡ ਕੇ, ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ, ਸੈਂਟਰ ਦੀ ਸਰਕਾਰ ਸੀ, ਤਾਂ ਉਦੋਂ ਕੋਈ ਕਿਉਂ ਨਹੀਂ ਮਸਲਾ ਹੱਲ ਹੋਇਆ ਜੀ ਜੀ। ਰਿਪੇਰੀਅਨ ਲਾਅ ਜਿਹੜਾ ਹੈਗਾ ਉਹਦੇ ਅਨੁਸਾਰ ਜਿਹੜਾ ਹੈਗਾ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਪਾਣੀਆਂ ਦੇ। ਸੋ ਜਿੰਨੀ ਦੇਰ ਅਸੀਂ ਉਹਨਾਂ ਸਾਰੀਆਂ ਲੋਕਾਂ ਨੂੰ ਨਾਲ ਜੋੜ ਕੇ, ਜਿਹੜੇ ਲੋਕ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ, ਖਾਸ ਤੌਰ ਤੇ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਔਰ ਕਿਸਾਨ ਮੂਵਮੈਂਟ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੀ ਗੱਲ ਜਿਹੜੀ ਜ਼ਰੂਰ ਸੁਣਨੀ ਚਾਹੀਦੀ ਹੈ। ਉਹਨਾਂ ਨੂੰ ਨਾਲ ਜੋੜ ਕੇ ਹੀ ਪੰਜਾਬ ਦੇ ਮਸਲੇ ਹੱਲ ਹੋ ਸਕਦੇ ਨੇ। ਇਹਦੇ ਲਈ ਉੱਪਰ ਸੈਂਟਰ ਦੇ ਤੌਰ 'ਤੇ ਵੀ ਇਮਾਨਦਾਰੀ ਚਾਹੀਦੀ ਹੈ।
ਰਾਜਸਥਾਨ ਦੇ ਵਿੱਚ ਵੀ ਜਿਹੜੀ ਸਰਕਾਰ ਹੈ ਉਹਨੂੰ ਵੀ ਇਮਾਨਦਾਰ ਦੇ ਨਾਲ, ਔਰ ਹਰਿਆਣੇ ਦੀ ਵੀ ਜਿਹੜੀ ਇਸ ਵੇਲੇ BJP ਔਰ JJP ਦੀ ਸਰਕਾਰ ਹੈ, ਉਹ ਸਾਰੀਆਂ ਸਰਕਾਰਾਂ ਮਿਲ ਕੇ ਬੈਠ ਕੇ ਇਸ ਮਸਲੇ ਦਾ ਹੱਲ ਨਿਕਲਣਾ ਜ਼ਰੂਰੀ ਹੈ। ਜੀ 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 ਯੋਗਾ ਸਿੰਘ ਚਾਪੜੇ ਜੀ, ਜਿਵੇਂ ਆਪਾਂ ਦੋਨੇ ਬੁਲਾ ਰਹੇ ਹਾਂ ਤਾਂ ਸੁਣਿਆ ਪਾਣੀਆਂ ਦੇ ਮੁੱਦੇ 'ਤੇ ਕਿਤੇ ਨਾ ਕਿਤੇ ਰਾਜਨੀਤੀ ਤਾਂ ਚੱਲੀ ਜਾਂਦੀ ਹੈ, ਕੀ ਕਹਿਣਾ ਚਾਹੁੰਦੇ ਹੋ? ਅਕੜੀ ਸਾਹਿਬ, ਰਾਜਨੀਤੀ ਹੁਣ ਇਕੱਲਾ ਕੈਪਟਨ ਅਮਰਿੰਦਰ ਸਿੰਘ ਅੱਜ ਨਹੀਂ ਕਰ ਰਹੇ। 1978 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲੀ ਵਾਰੀ ਵਜ਼ੀਰ ਬਣਦੇ ਹੈ ਜੀ, ਤਾਂ ਇਹ ਜਿਹੜਾ SYL ਦਾ ਮਤਲਬ ਜ਼ਮੀਨ ਅਕੁਆਇਰ ਕਰਨ ਦਾ ਮਸਲਾ ਸੀ ਜੀ, ਇਹ ਉਦੋਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ ਜੀ। ਜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਜ਼ਮੀਨ ਨੂੰ ਅਕੁਆਇਰ ਕੀਤਾ ਜੀ, ਔਰ ਕੇਂਦਰ ਤੋਂ ਜਿਹੜਾ ਪੈਸੇ ਲਏ, ਅਵਾਰਡ ਲਿਆ, ਉਹ ਵੀ ਪ੍ਰਕਾਸ਼ ਸਿੰਘ ਬਾਦਲ ਨੇ ਲਿਆ ਜੀ। ਔਰ ਅਖਬਾਰਾਂ ਦੀਆਂ ਸਤਰਾਂ ਤੇ ਪੁਰਾਣਾ ਇਤਿਹਾਸ ਇਹ ਦੱਸਦਾ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਉੱਧਰ ਦੇਵੀ ਲਾਲ ਜੀ ਸੀਗੇ ਹਰਿਆਣੇ ਦੇ ਮੁੱਖ ਮੰਤਰੀ ਜੀ, ਬਾਦਲ ਸਾਹਿਬ ਤਾਂ ਆਪਣੀ ਯਾਰੀ ਨਿਭਾਉਣ ਦੇ ਲਈ ਇੱਥੋਂ ਤੱਕ ਵੀ ਕਹਿੰਦੇ ਰਾਜ਼ੀ ਹੋ ਗਏ ਸੀ ਕਿ ਇਹ ਆਪ ਕਪੂਰੀ ਜਾ ਕੇ ਨੀਂਹ ਪੱਥਰ ਰੱਖਣ ਲਈ ਤਿਆਰ ਹੋ ਗਏ ਸੀ ਜੀ। ਲੇਕਿਨ ਬੜੇ ਅਖਬਾਰਾਂ ਦੇ ਵਿੱਚ ਰਿਪੋਰਟਾਂ ਛਪੀਆਂ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਜ਼ੋਰ ਪਾਉਣ ਕਰਕੇ ਜੀ ਇਹ ਰੁਕੇ। ਟੌੜਾ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਨੂੰ ਤੁਸੀਂ ਇੰਨਾ ਧਰਾਤਲ ਤੇ ਨਾ ਲਿਆਓ, ਤੁਸੀਂ ਆਪ ਪਾਣੀਆਂ ਨੂੰ ਹਰਿਆਣੇ ਨੂੰ ਨਾ ਦਿਓ ਜੀ। ਉਦੋਂ ਬਾਅਦ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਬਣਦੀ ਹੈ, ਫਿਰ ਉਹੀ ਅਕਾਲੀ ਦਲ ਦੇ ਮੋਹਰੀ ਹੋ ਕੇ ਇਸ ਪਾਣੀਆਂ ਨੂੰ ਰੋਕਣ ਵਾਲੇ ਪਾਸੇ ਤੁਰ ਜੀ। ਤੇ ਜਦੋਂ ਫਿਰ ਟੱਕ ਲਾਉਣ ਲਈ ਇੰਦਰਾ ਗਾਂਧੀ ਕਪੂਰੀ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਅਖਬਾਰਾਂ ਵਿੱਚ ਛਪੇ ਹੋਏ ਇਸ਼ਤਿਹਾਰਾਂ ਦੇ ਉੱਤੇ ਸਵਾਗਤੀ ਨਾਂ ਅਮਰਿੰਦਰ ਸਿੰਘ ਦਾ ਬੋਲ ਜੀ। ਤੇ ਪਹਿਲਾਂ ਬਾਦਲ ਸਾਹਿਬ ਜ਼ਮੀਨ ਅਕੁਆਇਰ ਕਰਾਉਂਦੇ ਹੈ, ਫਿਰ ਪਾਣੀਆਂ ਨੂੰ ਰੋਕਣ ਦਾ ਕੰਮ ਕਰਦੇ ਹੈ, ਫਿਰ ਦਰਬਾਰਾ ਸਿੰਘ ਦੇ ਟਾਈਮ ਅਮਰਿੰਦਰ ਸਿੰਘ ਜੀ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਉਂਦੀ ਹੈ ਤਾਂ ਸਵਾਗਤ ਕਰਦੇ ਹੈ, ਫਿਰ ਜਦੋਂ ਮੁੱਖ ਮੰਤਰੀ ਬਣਦੇ ਹੈ ਤਾਂ ਉੱਥੇ ਵਿਧਾਨ ਸਭਾ ਦੇ ਵਿੱਚ ਜੇ ਯੋਗਾ ਸਿੰਘ ਪ੍ਰਕਾਸ਼ ਸਿੰਘ ਬਾਦਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਨਹਿਰ ਅਕੁਆਇਰ ਕਰਵਾਈ, ਨਹਿਰ ਦੇ ਪੈਸੇ ਲਏ ਜਾਂ ਜੋ ਵੀ ਤੁਸੀਂ ਕਹਿ ਰਹੇ ਹੋ, ਇਹ ਹਕੀਕਤ 'ਚ ਹੈ? ਜੇ ਹੈ ਤਾਂ ਫਿਰ ਉਹਨਾਂ ਨੇ ਐਜੀਟੇਸ਼ਨ ਕਿਉਂ ਲੜੀ? ਇਹ ਬਿਲਕੁਲ ਹਕੀਕਤ ਕੀ ਹੈ ਜੀ, ਇਹ ਤਾਂ ਔਨ ਰਿਕਾਰਡ ਗੱਲਾਂ ਜੀ, ਇਹ ਪੰਜਾਬ ਸਰਕਾਰ ਦੇ ਔਨ ਰਿਕਾਰਡ ਹੈ, ਇਹ ਪੰਜਾਬ ਦੇ ਅਖਬਾਰਾਂ ਦੇ ਵਿੱਚ ਹੈ, ਪੰਜਾਬ ਦੇ ਇਤਿਹਾਸਕ ਗੱਲਾਂ ਇਹ ਜੀ। ਤੁਸੀਂ 1 ਕਰੋੜ ਦੀ ਗੱਲ ਕਰ ਰਹੇ ਹੋ ਜਿਹੜੀ? ਨਹੀਂ ਜੀ, ਇਹ ਤਾਂ ਮੇਰਾ ਖਿਆਲ ਹੈ 1 ਕਰੋੜ ਤੋਂ ਬਾਅਦ 3 ਕਰੋੜ ਦੀ ਸ਼ਾਇਦ ਨੇੜੇ ਹੈ। ਨਹੀਂ, ਉਹ 1 ਕਰੋੜ ਦਾ ਮੇਰੇ ਖਿਆਲ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਹਰਿਆਣੇ ਦਾ ਵਾਪਸ ਵੀ ਕੀਤਾ ਸੀ ਖਜ਼ਾਨੇ 'ਚ, ਉਹਨਾਂ ਦੇ ਕੀਤਾ ਹੋਵੇ 1 ਕਰੋੜ ਦੀ ਗੱਲ ਸੀ, ਕਿਉਂਕਿ ਕਿੰਤੂ ਚੱਲਦਾ ਸੀ ਕਿ ਬਾਦਲ ਨੇ 1 ਕਰੋੜ ਦੇਵੀ ਲਾਲ ਤੋਂ ਲਿਆ ਸੀ ਨਹਿਰ ਕੱਢਣ ਦੇ ਮਾਮਲੇ 'ਚ, ਮੇਰਾ ਖਿਆਲ ਉਹੀ ਹੋਊਗਾ। ਸੋ ਇਸ ਕਰਕੇ ਪਰ ਜੇ ਬਾਦਲ ਸਾਹਿਬ ਨੇ ਸਰਕਾਰ ਦੇ ਖਜ਼ਾਨੇ 'ਚੋਂ ਸਰਕਾਰ ਨੂੰ ਵਾਪਸ ਭੇਜਿਆ, ਫਿਰ ਉਹ ਬਾਦਲ ਕੋਲ ਕਿਵੇਂ ਆ ਗਿਆ? ਦੇਖੋ, ਮੈਂ ਹੁਣ ਇੱਕ ਗੱਲ ਦੱਸਦਾ ਜੀ, ਇਹ ਲੀਡ ਇਹ ਮੈਂ ਉੱਥੇ ਆ ਰਿਹਾ ਨਾ ਜੀ ਕਿ ਇਹਨਾਂ ਲੋਕਾਂ ਨੇ ਪੰਜਾਬ ਨੂੰ ਰਾਜਸਥਾਨ ਬਣਾਉਣ ਪਿੱਛੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ, ਭਾਵੇਂ ਸਰਦਾਰ ਅਮਰਿੰਦਰ ਸਿੰਘ ਸੀ, ਕਦੇ ਸਵਾਗਤ ਕਰਦੇ ਆ ਅਮਰਿੰਦਰ ਸਿੰਘ ਜੀ, ਕਦੇ ਵਿਧਾਨ ਸਭਾ 'ਚ ਮਤਾ ਪਾਉਂਦੇ ਆ। ਅੱਜ ਜੋ ਆਪਾਂ ਡਿਬੇਟ ਕਰ ਰਹੇ ਹਾਂ ਕਿ ਪੰਜਾਬ ਮਾਰੂਥਲ ਬਣਦਾ ਜਾ ਰਿਹਾ, ਪੰਜਾਬ ਮਾਰੂਥਲ ਬਣ ਗਿਆ, ਲੇਕਿਨ ਇਹਨਾਂ ਦੇ ਘਰੇ ਨਾਮਾ ਬਹੁਤ ਪਹੁੰਚ ਗਿਆ ਜੀ। ਅੱਜ ਹਾਲਾਤ ਨੂੰ ਕੋਈ ਫਰਕ ਨਹੀਂ, ਇਹਨਾਂ ਨੂੰ ਕੋਈ ਫਰਕ ਨਹੀਂ ਜੀ ਜੀ, ਲੇਕਿਨ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਕੀ ਕਰਤਾ ਜੀ। ਲੇਕਿਨ ਇੱਕ ਬੜਾ ਇਸ਼ੂ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਕਿ ਰਾਜਨੀਤੀ ਕਰੀ, ਦੇਖੋ ਅੱਜ ਸਿਮਰ ਬੈਂਸ ਦੀ ਪਾਰਟੀ ਲੋਕ ਇਨਸਾਫ ਪਾਰਟੀ ਹੈ, ਉਹਨੂੰ ਵਿਧਾਨ ਸਭਾ ਦੇ ਵਿੱਚ ਦਫ਼ਤਰ ਕਿਹਨੇ ਅਲਾਟ ਕੀਤਾ ਹੋਇਆ? ਸਰਕਾਰ ਨੇ ਕੀਤਾ ਹੋਇਆ। ਕੋਈ ਜ਼ਰੂਰੀ ਤਾਂ ਨਹੀਂ ਕਿ ਜਿਹੜੀਆਂ ਪਾਰਟੀਆਂ ਕੌਮੀ ਪੱਧਰ 'ਤੇ ਹੈ ਉਹਨਾਂ ਨੂੰ ਇਹ ਬੁਲਾਉਣਾ, ਪੰਜਾਬ ਦੀ ਜਿਹੜੀ ਪਾਰਟੀ ਜਿਹਨੂੰ ਵਿਧਾਨ ਸਭਾ 'ਚ ਦਫ਼ਤਰ ਅਲਾਟ ਕੀਤਾ ਹੋਇਆ ਉਹਨੂੰ ਵੀ ਬੁਲਾਇਆ ਜਾ ਸਕਦਾ ਸੀ, ਜਾਂ ਹੋਰ ਵੀ ਪੰਜਾਬ ਪੱਖੀ ਪਾਰਟੀਆਂ ਜਿਹੜੀਆਂ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਦੀਆਂ ਬੁਲਾਇਆ ਜਾ ਸਕਦਾ ਸੀ। ਜੇ ਦਿਲੋਂ ਤੁਸੀਂ ਪੰਜਾਬ ਦੇ ਵਿੱਚ ਪਾਣੀਆਂ ਦੀ ਗੱਲ ਕਰਨੀ ਹੈ, ਕਾਰਨ ਇਹ ਹੈ ਜਿੱਥੋਂ ਤੱਕ ਮੈਂ ਦੇਖਿਆ ਕਿ ਸਿਮਰਜੀਤ ਬੈਂਸ ਉਹਨਾਂ ਨੇ ਸਟੱਡੀ ਕਾਫੀ ਕੀਤੀ ਹੋਈ ਹੈ ਪਾਣੀਆਂ ਦੇ ਮੁੱਦੇ 'ਤੇ,
ਤੇ ਇਸ ਕਰਕੇ ਉਹਨਾਂ ਨੂੰ ਬੁਲਾਉਣਾ ਬਣਦਾ ਸੀ। ਜੇ ਹੋਰ ਵੀ ਕੋਈ ਅਜਿਹੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਦਾ ਕੋਈ ਨੁਮਾਇੰਦਾ ਜਿੱਤਿਆ ਹੋਇਆ ਨਹੀਂ ਤਾਂ ਉਹਨਾਂ ਨੂੰ ਵੀ ਬੁਲਾ ਕੇ ਪਾਣੀਆਂ ਦੇ ਮੁੱਦੇ ਤੇ ਲੜਾਈ ਲੜਨੀ ਚਾਹੀਦੀ ਹੈ, ਜਿਵੇਂ ਦੂਜੇ ਸੂਬਿਆਂ ਦੀ ਲੀਡਰਸ਼ਿਪ, ਭਾਵੇਂ ਉਹ ਹਿਮਾਚਲ ਹੋਵੇ, ਭਾਵੇਂ ਰਾਜਸਥਾਨ ਹੋਵੇ, ਭਾਵੇਂ ਹਰਿਆਣਾ ਹੋਵੇ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹ ਆਪਣੇ ਸੂਬਿਆਂ ਦੇ ਹਿੱਤਾਂ ਦੀ ਲੜਾਈ ਲੜਦੇ ਹੈ। ਅਮਰਿੰਦਰ ਸਿੰਘ ਜੀ ਨੂੰ ਘੱਟੋ ਘੱਟ ਪਾਣੀਆਂ ਦੇ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੀ ਬੜਾ ਸਾਹਿਬ, ਜੋਗਾ ਸਿੰਘ ਹੋਰਾਂ ਨੇ ਬੜੀ ਵੱਡੀ ਗੱਲ ਕਹੀ ਹੈ ਕਿ ਬਾਦਲ ਸਰਕਾਰ ਜਦੋਂ ਸੀ ਉਹ ਅਕਾਰਡ ਕਰਾਉਂਦੇ ਹੈ ਜ਼ਮੀਨ, ਅਤੇ ਮੁੱਖ ਮੰਤਰੀ ਜਿਹੜੇ ਅੱਜ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਹੈ, ਉਹ ਕਿਉਂਕਿ ਜੋਗਾ ਸਿੰਘ ਦਾ ਆਪਣਾ ਜੱਦੀ ਹਲਕਾ ਘਨੌਰ, ਉਹਦੇ ਲਾਸਟ ਪਿੰਡ ਹੈ ਹਰਿਆਣੇ ਦੀ ਸਰਹੱਦ ਦੇ ਨਾਲ ਕਪੂਰੀ, ਉੱਥੇ ਟੱਪਾ ਲਾਉਣ ਲਈ ਇਸ਼ਤਿਹਾਰ ਦਿੱਤੇ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਵੱਲੋਂ। ਕਿਹਾ ਇਹ ਜਾ ਰਿਹਾ ਕਿ ਚਾਂਦੀ ਦਾ ਤਸਲਾ ਅਤੇ ਚਾਂਦੀ ਦੀ ਕਹੀ ਬਣਾ ਕੇ ਵੀ ਇੰਦਰਾ ਗਾਂਧੀ ਨੂੰ ਭੇਟ ਕੀਤੀ ਸੀ, ਫਿਰ ਅੱਜ ਪਾਣੀਆਂ ਦੇ ਰਾਖੇ ਦਾ ਖਿਤਾਬ ਵੀ ਅਮਰਿੰਦਰ ਸਿੰਘ ਨੂੰ ਦਿੱਤਾ ਜਾ ਰਿਹਾ, ਇਹ ਕਿੱਧਰ ਜਾ ਰਹੀ ਹੈ ਸਾਡੇ ਲੋਕਾਂ ਦੀ ਸੋਚ? ਅਕਰ ਸਾਹਿਬ, ਮੈਂ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਣਾ ਚਾਹੂੰਗਾ। ਜੀ ਜੀ ਜੀ, ਸਾਡੇ ਤੁਹਾਡੇ ਦਰਸ਼ਕ ਹੈ ਜਿਹੜੇ, ਉਹਨਾਂ 'ਚੋਂ ਬਹੁਤ ਸਾਰੇ ਵੱਡੀ ਉਮਰ ਦੇ ਹੋਣਗੇ ਸਾਡੇ ਨਾਲੋਂ, ਜੀ ਜੀ, ਜਿਹਨਾਂ ਨੂੰ ਪਤਾ ਹੈ ਕਿ ਜਦੋਂ ਪੰਜਾਬ ਬਣਿਆ ਸੀ 1966 ਦੇ ਵਿੱਚ, ਜੀ, ਤੇ ਜਿਹੜਾ ਰੀਓਰਗੇਨਾਈਜੇਸ਼ਨ ਐਕਟ ਬਣਿਆ ਸੀ, ਜੀ, ਉਹਦੇ ਵਿੱਚ ਜਿਹੜਾ ਸਟੇਟ ਸਬਜੈਕਟ ਨੇ ਨਾ, ਉਹਨਾਂ ਦੇ ਵਿੱਚ ਜਿਹੜੇ ਸਾਡੇ ਕੰਸਟੀਟਿਊਸ਼ਨ ਦੇ ਮੁਤਾਬਕ, ਜੀ, ਪਾਣੀ ਦਾ ਕੰਟਰੋਲ ਹੈ ਜਿਹੜਾ ਉਹ ਸਟੇਟਾਂ ਦਾ ਹੁੰਦਾ। ਜੀ ਜੀ, ਲੇਕਿਨ ਉਸ ਅਕਾਰਡ ਦੇ ਵਿੱਚ ਜਿਹੜਾ ਰੀਓਰਗੇਨਾਈਜੇਸ਼ਨ ਐਕਟ ਬਣਿਆ ਸੀ, ਜੀ ਜੀ, ਉਹਦੇ ਵਿੱਚ ਇੱਕ ਕਲੌਜ਼ ਪਾਈ ਹੋਈ ਹੈ, ਜੀ, ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਪਾਣੀਆਂ ਦਾ ਮਸਲਾ ਹੋਏਗਾ ਨਾ ਪੰਜਾਬ ਦੇ ਵਿੱਚ, ਜਿਹਦੇ ਵਿੱਚ ਹਾਈਡਲ ਪ੍ਰੋਜੈਕਟ ਵੀ ਹੈ, ਉਹਨਾਂ ਬਾਰੇ ਫੈਸਲਾ ਅਤੇ ਉਹਦਾ ਕੰਟਰੋਲ ਕੇਂਦਰ ਕਰੇਗਾ। ਜੀ, ਇਹ ਸਾਡੇ ਕੰਸਟੀਟਿਊਸ਼ਨ ਦੀ ਰੂਹ ਦੇ ਬਿਲਕੁਲ ਖਿਲਾਫ ਸੀ, ਜੀ, ਜਿਸ ਦਾ ਬਹੁਤਾ ਜ਼ਿਆਦਾ ਸ਼ਾਇਦ ਹੁਣ ਵੀ ਰੌਲਾ ਨਹੀਂ ਪਾਉਂਦੇ। ਜੀ, ਲੇਕਿਨ ਉਸ ਵਕਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ, ਜੀ, ਐਮਰਜੈਂਸੀ ਤੋਂ ਪਹਿਲਾਂ ਜਿਹਦੇ ਵਿੱਚ ਉਹ ਸੀਗੇ, ਉਸ ਵਕਤ ਅਕਾਲੀ ਗੌਰਮੈਂਟ ਸੁਪਰੀਮ ਕੋਰਟ 'ਚ ਗਈ ਸੀ ਇਹ ਮਸਲਾ ਲੈ ਕੇ, ਜੀ, ਕਿ ਜੀ ਇਹ ਫੈਸਲਾ ਇਹ ਜਿਹੜਾ ਕੋਰਟ ਦੇ ਵਿੱਚ ਇਹ ਲੱਗਿਆ ਹੋਇਆ ਧਾਰਾ ਇਹ ਗਲਤ ਹੈ। ਜੀ, ਲੇਕਿਨ ਬਾਅਦ ਦੇ ਵਿੱਚ ਜਦੋਂ ਐਮਰਜੈਂਸੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਾਂਗਰਸ ਸਰਕਾਰ ਬਣੀ, ਦਰਬਾਰਾ ਸਿੰਘ ਜੀ ਬਣੇ, ਜੀ, ਤਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਨੇ ਪ੍ਰੈਸ਼ਰ ਪਾ ਕੇ ਉੱਥੋਂ ਉਹ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਉਹ ਵਾਪਸ ਲੈ ਲਿਆ ਗਿਆ ਸੀ, ਕੇਸ ਵਿਡਰਾ ਕਰ ਲਿਆ। ਜੀ ਜੀ, ਸੋ ਗੱਲ ਇਹ ਹੈ ਕਿ ਪਾਰਟੀਆਂ ਸਿਰਫ ਜਿਹੜੀ ਮਰਜ਼ੀ ਪਾਰਟੀ ਹੋਵੇ, ਉਹ ਜਿਹੜਾ ਮੁੱਦਾ ਇਹ ਹੈ ਕਿ ਪੰਜਾਬ ਨੂੰ ਅਸੀਂ ਪੰਜ ਆਬ ਕਹਿੰਦੇ ਹਾਂ, ਜੀ, ਆਬਾਂ ਦੀ ਪੰਜ ਆਬ, ਜੀ ਜੀ, ਲੇਕਿਨ ਅੱਜ ਸਥਿਤੀ ਇਹ ਹੈ ਕਿ ਸਿਰਫ ਪੰਜਾਬ ਦੀ ਧਰਤੀ ਨੂੰ 27% ਪਾਣੀ ਜਿਹੜਾ ਉਹ ਨਹਿਰੀ ਮਿਲ ਰਿਹਾ, ਨਹਿਰੀ ਮਿਲ ਰਿਹਾ, ਜੀ ਜੀ, ਔਰ ਬਾਕੀ ਜਿਹੜਾ 73% ਉਹ ਅਸੀਂ ਜਿਹੜਾ ਥੱਲਿਓਂ ਕੱਢਦੇ ਹਾਂ, ਧਰਤੀ ਚੋਂ ਕੱਢੀ ਜਾਂਦੇ। ਦੂਸਰੇ ਪਾਸੇ ਤੁਸੀਂ ਜਿਹੜੀ ਰੈਪੇਰੀਅਨ ਲਾ ਦੀ ਗੱਲ ਕੀਤੀ ਹੈ, ਜੀ, ਵਿਸ਼ਵ ਪੱਧਰ ਦੇ ਉੱਤੇ ਇਸ ਤਰ੍ਹਾਂ ਦੀਆਂ ਬੜੀਆਂ ਤੁਹਾਨੂੰ ਮਿਸਾਲਾਂ ਮਿਲਣਗੀਆਂ। ਜੀ ਜੀ, ਜਦੋਂ ਵੀ ਕਦੇ ਮਸਲੇ ਇਸ ਕਿਸਮ ਦੇ ਹੋਏ ਆ, ਜੀ, ਉਹਨਾਂ ਨੂੰ ਇਸ ਢੰਗ ਨਾਲ ਹੀ ਹੱਲ ਕੀਤਾ ਗਿਆ। ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਵੀ ਇਹ ਸਮੱਸਿਆ ਖੜੀ ਹੋਈ ਸੀ। ਜੀ ਜੀ ਜੀ, ਬਹੁਤ ਲੰਮਾ ਸਮਾਂ ਉੱਥੇ ਜਿਹੜਾ ਉਹ ਸੰਘਰਸ਼ ਚੱਲਿਆ ਕਿਸਾਨਾਂ ਦਾ, ਜੀ ਜੀ, ਕਿਉਂਕਿ ਕੈਲੀਫੋਰਨੀਆ ਜਿਹੜਾ ਉਸ ਤੋਂ ਬਾਅਦ ਲਾਸ ਏਂਜਲਸ ਡਿਵੈਲਪ ਹੋਇਆ, ਉਹਦਾ ਜਿਹੜੀ ਕੈਪੀਟਲ ਹੈ, ਜੀ ਜੀ, ਤਾਂ ਉੱਥੇ ਕਿਸਾਨਾਂ ਨੂੰ ਲੱਗਿਆ ਉੱਥੇ ਇੱਕ ਨਦੀ ਹੈ ਜਿਹਦਾ ਪਾਣੀ ਕਿਸਾਨ ਵਰਤਦੇ ਸੀ, ਅਤੇ ਉਹ ਉਹਨਾਂ ਨੇ ਫਿਰ ਲਾਸ ਏਂਜਲਸ ਨੂੰ ਦੇਣਾ ਸ਼ੁਰੂ ਕੀਤਾ, ਜੀ ਜੀ, ਔਰ ਕਿਸਾਨਾਂ ਨੂੰ ਲੱਗਿਆ ਕਿ ਸਾਡਾ ਬੜਾ ਨੁਕਸਾਨ ਹੋ ਜਾਣਾ, ਐਜੀਟੇਸ਼ਨ ਚੱਲੀ, ਫਿਰ ਕੋਰਟ 'ਚ ਜਾ ਕੇ ਉਹ ਮਸਲਾ ਹੱਲ ਹੋਇਆ। ਜੀ ਜੀ, ਰਾਇਪੇਰੀਅਨ ਸਟੇਟ ਦੀ ਜਦੋਂ ਗੱਲ ਕਰਦੇ ਆ, ਤਾਂ ਗੱਲ ਇਹ ਆ ਕਿ ਉਹ ਸਾਡਾ ਸਾਡੇ ਪਾਣੀਆਂ 'ਤੇ ਹੱਕ ਹੈ, ਜੀ, ਔਰ ਉਹਦੇ ਵਿੱਚ ਇਹ ਸਪਸ਼ਟ ਹੈ ਕਿ ਰਾਪੇਰੀਅਨ ਸਟੇਟ ਹੈ, ਯੂਨਾਈਟਡ ਨੇਸ਼ਨ ਦੀ ਕਨਵੈਨਸ਼ਨ ਵੀ 1997 ਦੀ, ਜੀ 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 ਜੀ,
ਕਿ ਜਿਹੜੇ ਲੋਕ ਦਰਿਆਵਾਂ ਦੇ ਕੰਢਿਆਂ 'ਤੇ ਬੈਠੇ ਨੇ ਜੀ, ਉਹਨਾਂ ਦੇ ਪਾਣੀਆਂ 'ਤੇ, ਉਹਨਾਂ ਦੇ ਕੰਢਿਆਂ 'ਤੇ, ਉਹਨਾਂ ਦੇ ਦਰਖਤਾਂ 'ਤੇ, ਉਹਨਾਂ ਦੇ ਬਾਕੀ ਥਾਂ ਦੇ ਉੱਤੇ ਪਹਿਲਾਂ ਉਹਨਾਂ ਦਾ ਹੱਕ ਹੈ। ਹੁਣ ਸਾਡੇ ਕੋਲੋਂ ਇਹ ਹੈ ਕਿ ਹਰਿਆਣਾ ਪਾਣੀ ਮੰਗਦਾ, ਕਿਉਂਕਿ ਹਰਿਆਣੇ ਵਾਲੇ ਕਹਿੰਦੇ ਆ ਕਿ ਜੀ ਅਸੀਂ ਪੰਜਾਬ ਦਾ ਹਿੱਸਾ ਸੀ। ਉਹਨਾਂ ਕੋਲ ਇੱਕੋ ਹੀ ਲੌਜਿਕ ਹੈ ਨਾ, ਅਸੀਂ ਜੀ ਇਹਨਾਂ ਕੋਲੋਂ ਅੱਡ ਹੋਏ ਹਾਂ ਜੀ ਜੀ। ਲੇਕਿਨ ਦੂਸਰੇ ਪਾਸੇ ਇੱਕ ਬੜੀ ਗੱਲ ਮੈਂ ਸਪਸ਼ਟ ਕਰਨੀ ਚਾਹਾਂਗਾ ਕਿ ਠੀਕ ਹੈ, ਤੁਸੀਂ ਸ਼ਾਇਦ ਸੁਣਨ ਵਾਲੇ ਵੀ ਨਾ ਸਹਿਮਤ ਹੋਣ, ਮੈਂ ਕਹਿੰਦਾ ਅਸੀਂ ਪਾਣੀ ਦੇਣ ਨੂੰ ਤਿਆਰ ਹਾਂ ਜੀ। ਫਿਰ ਜਿੰਨਾ ਸਾਡਾ ਨੁਕਸਾਨ 1966 ਤੋਂ ਬਾਅਦ ਹੋਇਆ ਜੀ, ਉਹ ਵੀ ਦੇਣ ਸਾਨੂੰ ਹੁਣ, ਉਹਦਾ ਵੀ ਹਿੱਸਾ ਵੰਡਣਾ ਜੀ ਜੀ। ਤੁਸੀਂ ਦੇਖੋ 1988 ਦੇ ਵਿੱਚ ਜੋਗਾ ਸਿੰਘ ਜੀ ਨੂੰ ਵੀ ਪਤਾ, ਭੀਮਿੰਦਰ ਜੀ ਨੂੰ ਪਤਾ, ਜਿਹੜੇ ਹੜ੍ਹ ਆਏ ਸੀ ਜੀ ਜੀ, ਉਹਦੇ ਵਿੱਚ 10,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਪੰਜਾਬ ਦਾ ਜੀ ਜੀ। ਆਹ ਹੁਣ ਪਿਛਲੇ ਸਾਲ ਆ ਕੇ ਹਟਿਆ ਜੀ, ਸਾਡਾ ਐਡਾ ਵੱਡਾ ਨੁਕਸਾਨ ਹੋਇਆ। ਜੇ ਤੁਸੀਂ ਪਾਣੀ ਮੰਗਦੇ ਹੋ ਫਿਰ ਸਾਡੇ ਨੁਕਸਾਨ ਦੇ ਉੱਤੇ ਵੀ ਆਓ। ਔਰ ਵਰਲਡ ਕਨਵੈਨਸ਼ਨ ਹੈ, ਯੂਨਾਈਟਡ ਨੇਸ਼ਨ ਦੀ ਕਨਵੈਨਸ਼ਨ ਹੈ ਕਿ ਜੀ ਉਹਨਾਂ ਪਾਣੀਆਂ 'ਤੇ ਹੱਕ ਸਿਰਫ ਉਹਨਾਂ ਲੋਕਾਂ ਦਾ ਹੈ। ਸੋ ਜੇ ਉਹਨਾਂ ਜੇ ਇਸ ਨੂੰ ਵੀ ਮੰਨ ਕੇ ਚੱਲੀਏ ਤਾਂ ਮੈਂ ਸਮਝਦਾ ਕਿ ਇਹ ਪਾਣੀਆਂ ਦਾ ਮੁੱਦਾ ਜਿਹੜਾ ਇਹ ਇਸ ਵਕਤ ਸਪਸ਼ਟ ਹੈ ਕਿ ਸਾਡੇ ਪਾਣੀਆਂ 'ਤੇ ਸਾਡਾ ਹੱਕ ਹੈ ਜੀ। ਦੂਸਰੇ ਸਟੇਟਾਂ ਪਾਣੀ ਕਿਵੇਂ ਦੇਣਾ, ਇਹ ਕੇਂਦਰ ਦਾ ਕੰਮ ਹੈ ਜੀ, ਕਿ ਉਹਨਾਂ ਲਈ ਰਿਸੋਰਸਿਸ ਕਿਵੇਂ ਪੈਦਾ ਕਰਨੇ ਆ ਜੀ। ਰਾਜਸਥਾਨ ਨਰਮਦਾ ਨੂੰ ਲੈ ਕੇ, ਨਰਮਦਾ ਦੇ ਪਾਣੀ ਨੂੰ ਲੈਣ ਵਾਸਤੇ ਸੁਪਰੀਮ ਕੋਰਟ 'ਚ ਗਿਆ ਸੀ, ਔਰ ਉਹਨਾਂ ਨੇ ਕਿਹਾ ਕਿ ਇੱਥੇ ਰਾਇਪੇਰੀਅਨ ਸਟੇਟ ਨਹੀਂ ਦਾ ਹੱਕ ਵਾਲਾ ਚੱਲ ਸਕਦਾ ਜੀ ਜੀ, ਕਿਉਂਕਿ ਸਾਡੀ ਜਿਹੜੀ ਪੂਰਾ ਕੰਟਰੀ ਹੈ ਉਹਦੀਆਂ ਸਟੇਟਾਂ ਦੀਆਂ ਕਈ ਵਾਰੀ ਹੱਦਾਂ ਅਸੀਂ ਘਟਾ ਵਧਾ ਵੀ ਸਕਦੇ ਹਾਂ, ਕੋਈ ਸਟੇਟ ਜਿਹੜੀ ਆ ਉਹ ਖਤਮ ਵੀ ਕੀਤੀ ਜਾ ਸਕਦੀ ਹੈ ਜੀ ਜੀ। ਮੈਂ ਸਮਝਦਾ ਕਿ ਇਹ ਮੁੱਦਾ ਇਹੋ ਜਿਹਾ ਹੈ ਕਿ ਜਿਹਦੇ ਉੱਤੇ ਪਾਰਟੀਆਂ ਨੂੰ ਇਸ ਵਕਤ ਹੁਣ ਲੋੜ ਹੈ। ਉਸ ਤੋਂ ਬਾਅਦ ਸਾਨੂੰ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ ਕਿ ਇਹ ਮੁੱਦਾ ਹਾਲੇ ਵੀ ਕਿਤੇ ਹੱਲ ਹੋਏਗਾ। ਪੰਜਾਬ ਨੇ ਇਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਹੱਥਾਂ ਦੇ ਵਿੱਚ ਬਾਜਰੇ ਦੇ ਸਿੱਟੇ ਵਾਂਗੂ ਜਿਹੜਾ ਉਹ ਮਸਲਦੇ ਰਹਿਣਾ, ਔਰ ਸਾਡੇ ਲੋਕਾਂ ਨੂੰ ਇਹਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿ ਕਿਹੜੇ ਲੀਡਰ ਪੰਜਾਬ ਦੇ ਹੱਕ ਲਈ ਖੜੇ ਹੋਏ ਨੇ ਜੀ, ਕਿਹੜੇ ਲੋਕਾਂ ਨੇ ਪੰਜਾਬ ਇੱਥੇ ਆਖਿਰ ਸਾਹਿਬ ਮੈਂ ਇੱਕ ਅੱਧਾ ਮਿੰਟ ਕਿ ਪੰਜਾਬ ਦੇ ਪਾਣੀ ਜਿਹੜੇ ਸੀ ਉਹ ਥੱਲੇ ਚਲੇ ਗਏ ਜੀ, ਕੁਝ ਪਾਣੀ ਸਾਡੇ ਵੰਡੇ ਗਏ, ਕੁਝ ਖੋਲੇ ਗਏ, ਕੁਝ ਹੁਣ ਸਥਿਤੀ ਇਹ ਹੋ ਗਈ ਹੈ ਕਿ ਜਿਹੜੇ ਇੱਥੋਂ ਦੇ ਪ੍ਰਾਣੀ ਹੈ ਉਹ ਵੈਸੇ ਬਾਹਰ ਨੂੰ ਜਾਣੇ ਸ਼ੁਰੂ ਹੋ ਗਏ ਜੀ, ਤੇ ਪੰਜਾਬ ਦੇ ਪ੍ਰਾਣ ਸਾਡੇ ਪਾਣੀਆਂ ਨਾਲ ਹੀ ਹੈ ਜੀ ਜੀ, ਜੇ ਉਹ ਵੀ ਸਾਡੇ ਕੋਲੋਂ ਖੋਏ ਗਏ ਤੇ ਫਿਰ ਪੰਜਾਬ ਦੀ ਜਿਹੜੀ ਰੂਹ ਕਿੱਥੇ ਰਹਿ ਜਾਏਗੀ ਜੀ ਜੀ। ਭੀਮਿੰਦਰ ਜੀ, ਜਿਵੇਂ ਬੜੈ ਸਾਹਿਬ ਨੇ ਕਿਹਾ ਹੈ, ਜੇ ਪੰਜਾਬ ਦੇ ਪ੍ਰਾਣ ਹੀ ਖੋਲੇ ਤਾਂ ਬਾਕੀ ਰੂਹ ਦਾ ਕਰਨਾ ਕੀ ਹੈ ਇੱਥੇ ਪੰਜਾਬ ਦੇ ਵਿੱਚ? ਮੁੱਦਾ ਪੰਜਾਬ ਦੇ ਪਾਣੀਆਂ ਦਾ, ਪਾਣੀਆਂ ਦੇ ਮੁੱਦੇ 'ਤੇ ਪੰਜਾਬੀ ਮਰ ਸਕਦਾ, ਵੱਡੀ ਤੋਂ ਵੱਡੋ ਵੱਡੀ ਕੁਰਬਾਨੀ ਕਰ ਸਕਦਾ, ਬਸ਼ਰਤੇ ਕਿ ਲੀਡਰ ਜਿਹੜੇ ਹੈ ਸਾਫ਼ ਦਿਲ ਹੋਣ, ਜਿਵੇਂ ਪਹਿਲਾਂ ਜੋਗਾ ਸਿੰਘ ਨੇ ਵੀ ਗੱਲ ਕਹੀ ਹੈ ਅਤੇ ਬੜੈ ਸਾਹਿਬ ਨੇ ਕਹੀ ਹੈ। ਜੇ ਅੱਜ ਦੀ ਰਾਜਨੀਤੀ ਦੀ ਆਪਾਂ ਗੱਲ ਕਰੀਏ, ਇਹ ਅਲੱਗ ਇੱਦਾਂ ਨਹੀਂ ਰਿਹਾ ਕਿ ਸਵਾਏ ਰਾਜਨੀਤਿਕ ਮਫਾਦ ਤੋਂ ਕੋਈ ਗੱਲ ਨਹੀਂ ਇਹਦੇ 'ਚ ਨਿਕਲ ਰਹੀ ਜੀ? ਬਿਲਕੁਲ, ਮੈਂ ਇਹੀ ਗੱਲ ਪਹਿਲਾਂ ਵੀ ਕਹੀ ਸੀ ਕਿ ਇਹ ਸਾਰਾ ਇੱਕ ਜਾਲ ਬੁਣਿਆ ਜਾ ਰਿਹਾ, ਔਰ ਜਾਲ ਵੀ ਐਸਾ ਬੁਣਿਆ ਜਾ ਰਿਹਾ ਕਿ ਜਿਹਦੇ ਵਿੱਚ ਨਾ ਕੋਈ ਲੌਜਿਕ ਹੈ, ਤਰਕ ਹੈ ਜੀ, ਨਾ ਕੋਈ ਉਹਦਾ ਸਿਰਾ ਹੈ ਜੀ। ਸੋ ਉਸ ਕਰਕੇ ਲੋਕਾਂ ਨੂੰ ਸਿਰਫ ਬੁੱਧੂ ਬਣਾਉਣ ਦਾ, ਮੈਂ ਇੱਕ ਹੋਰ ਵੀ ਜਿਹੜੀ ਬਹੁਤ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ ਕਿ ਇਸ ਵੇਲੇ 14 ਲੱਖ ਮੋਟਰਾਂ ਦੇ ਕਨੈਕਸ਼ਨ ਨੇ ਪੰਜਾਬ 'ਚ ਜੀ, ਔਰ ਜਦੋਂ ਪਿੱਛੇ ਜੇ ਸਬਸਿਡੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਬਸਿਡੀ ਲੋਕ ਦੇਣ ਜੀ, ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਸਿਰਫ 20 ਮੋਟਰਾਂ ਦੀ ਸਬਸਿਡੀ ਲੋਕੋ ਕਿਸੇ ਨੇ ਕਹੀ ਹੈ, 20 ਮੋਟਰਾਂ ਦਾ ਅਸੀਂ ਕਨੈਕਸ਼ਨ ਵਾਪਸ ਲੈ ਲਾਂਗੇ, ਬਾਕੀ ਸਾਰਾ ਉਦਾਂ ਹੀ ਚੱਲ ਰਿਹਾ ਜੀ। ਉਹਦੇ ਉਸ ਪੱਖ ਤੋਂ ਵੀ ਬੁੱਧੂ ਬਣਾਇਆ ਜਾ ਰਿਹਾ। ਦੂਸਰਾ ਹੈ ਕਿ ਇਸ ਵੇਲੇ ਦਰਿਆਵਾਂ ਦੀ ਕੀ ਸਥਿਤੀ ਹੈ ਪੰਜਾਬ ਦੀ? ਜੇ ਆਪਾਂ 3 ਦਰਿਆ ਵਗਦੇ ਹੈ ਜੀ, ਤਾਂ ਤੁਹਾਨੂੰ ਯਾਦ ਹੋਏਗਾ ਕਿ ਕੁਝ ਸਮਾਂ ਪਹਿਲਾਂ ਜਿਹੜੀਆਂ ਇੰਡਸਟਰੀ ਦਾ ਪਾਣੀ ਜਿਹੜਾ ਸੀਗਾ ਇੰਨਾ ਵਗ ਗਿਆ ਕਿ ਉਹਨਾਂ ਦਰਿਆਵਾਂ ਦਾ ਪਾਣੀ ਇਸ ਵੇਲੇ ਮਤਲਬ
ਕਿਉਂਕਿ ਮੈਂ ਉਸ ਮੂਵਮੈਂਟ ਨਾਲ ਵੀ ਜੁੜਿਆ ਹੋਇਆ ਜਿਹੜੀ ਪਾਣੀਆਂ ਦੇ ਜਿਹੜੀ ਕੰਮ ਕਰ ਰਹੀ ਹੈ, ਤਾਂ ਉਹ ਲੋਕ ਇਹ ਅਸੀਂ ਵਾਰ ਵਾਰ ਉਹਨਾਂ ਕੋਲ ਜਾਂਦੇ ਹਾਂ, ਉਹਨਾਂ ਦੇ ਜਿਹੜੇ ਅਧਿਕਾਰੀ ਨੇ, ਕਿ ਭਾਈ ਉੱਥੇ ਪਾਣੀ ਜਿਹੜਾ ਹੈਗਾ ਇੰਨਾ ਗੰਧਲਾ ਕਿਉਂ ਕਰਦਾ, ਮੱਛੀਆਂ ਉੱਥੇ ਮਰ ਗਈਆਂ, ਉੱਥੇ ਜਿਹੜਾ ਪਾਣੀਆਂ ਦਾ ਜਿਹੜਾ ਪੀ ਤੁਸੀਂ ਨਹੀਂ ਸਕਦੇ, ਲੋਕ ਜਿਹੜੀਆਂ ਨੇ ਬਿਮਾਰੀਆਂ ਦੇ ਵਿੱਚ, ਸਾਡਾ ਬੁੱਢਾ ਨਾਲਾ ਤੁਸੀਂ ਦੇਖੋ, ਅਤੇ ਬੁੱਢੇ ਨਾਲਾ ਜਿਹੜਾ ਹੈਗਾ ਇਸ ਵੇਲੇ ਲੁਧਿਆਣੇ ਦੇ ਵਿੱਚ ਸਭ ਤੋਂ ਖਤਰਨਾਕ, ਉੱਥੇ ਲੋਕ ਜਿਹੜੇ ਨੇ ਉਹ ਵੱਸ ਰਹੇ ਨੇ, ਔਰ ਕਾਲਾ ਪੀਲੀਆ ਹੋਰ ਤਰ੍ਹਾਂ ਤਰ੍ਹਾਂ ਦੀਆਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਸ ਆਲੇ ਦੁਆਲੇ ਉਹ ਫੈਲ ਰਹੀਆਂ ਨੇ। ਸੋ ਜਿੱਥੇ ਸਾਨੂੰ ਉੱਧਰ ਤੁਹਾਡਾ ਧਿਆਨ ਕੋਈ ਨਹੀਂ ਹੈ, ਪਾਣੀਆਂ ਨੂੰ ਸਾਫ਼ ਕਿਵੇਂ ਰੱਖਣਾ, ਜੇ ਸਾਡੇ ਕੋਲ ਤਿੰਨ ਦਰਿਆ ਵਗਦੇ ਨੇ, ਘੱਟੋ ਘੱਟ ਤਿੰਨ ਦਰਿਆਵਾਂ ਦਾ ਪਾਣੀ ਤਾਂ ਸਾਫ਼ ਸੁਥਰਾ ਪੀਣ ਵਾਲਾ ਹੋਵੇ, ਉਹ ਵੀ ਘੱਟੋ ਘੱਟ ਉਹਨਾਂ ਨੇ ਕਿਹਾ ਡੀ ਗ੍ਰੇਡ ਵਾਲਾ ਪਾਣੀ ਹੈ ਇਹ, ਜਿਹਨੂੰ ਤੁਸੀਂ ਪੀ ਨਹੀਂ ਸਕਦੇ, ਪਾਣੀ ਨੂੰ ਵਰਤ ਹੀ ਨਹੀਂ ਸਕਦੇ। ਸੋ ਇਸ ਕਰਕੇ ਸਿਰਫ ਪਾਣੀਆਂ ਨੂੰ ਬਚਾਉਣ ਦਾ ਮਸਲਾ ਨਹੀਂ, ਪਾਣੀਆਂ ਦੀ ਜਿਹੜੀ ਸਾਫ਼ ਸਫਾਈਆ ਹੈ ਉਹਦਾ ਕੌਣ ਧਿਆਨ ਰੱਖੇਗਾ, ਉਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਸਰਕਾਰਾਂ ਦਾ ਧਿਆਨ ਉੱਧਰ ਵੀ ਨਹੀਂ ਹੈ, ਸਗੋਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਰਨੇ ਦੀ ਜਿਹੜੀ ਇੰਡਸਟਰੀ ਸੀ ਸ਼ਰਾਬ ਦੀ, ਔਰ ਉਹ ਸਾਰਾ ਪਾਣੀ ਪੈ ਗਿਆ, ਉਹ ਅੱਜ ਫਿਰ ਇੰਡਸਟਰੀ ਨੂੰ ਮਾੜਾ ਮੋਟਾ ਫਾਈਨ ਕਰਤਾ, ਹੁਣ ਫਿਰ ਇੰਡਸਟਰੀ ਉਵੇਂ ਚੱਲੀ ਜਾ ਰਹੀ ਹੈ। ਔਰ ਇੰਡਸਟਰੀਆਂ ਜਦੋਂ ਪਾਣੀ ਤਬਾਹ ਕਰ ਰਹੀਆਂ ਨੇ ਸਾਡਾ, ਉਹਨਾਂ ਦੇ ਬਾਰੇ ਸਰਕਾਰਾਂ ਜਿਹੜੀਆਂ ਨੇ ਕੋਈ ਧਿਆਨ ਨਹੀਂ ਦੇ ਰਹੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਔਰ ਗੁਰੂ ਨਾਨਕ ਸਾਹਿਬ ਦਾ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਕੇ ਹਟਿਆ, ਜਿਨ੍ਹਾਂ ਨੇ ਕਿਹਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਸਾਡੀ ਪਵਨ ਵੀ ਤਬਾਹ ਹੋ ਗਈ, ਸਾਹ ਲੈਣ ਜੋਗੇ ਅਸੀਂ ਨਹੀਂ ਰਹੇ, ਪਾਣੀ ਜਿਹੜਾ ਹੈਗਾ ਉਹ ਪਲੀਤ ਹੋ ਚੁੱਕਿਆ, ਔਰ ਸਾਡਾ ਜਿਹੜਾ ਵਾਤਾਵਰਨ ਹੈ, ਧਰਤੀ ਹੈ ਜਿਹੜੀ ਹੋ ਗਈ ਸਾਰੀ, ਉਹਦੇ 'ਚੋਂ ਕੈਂਸਰ ਪੈਦਾ ਹੋ ਰਿਹਾ ਸੀ ਸਾਰੇ ਜਾਣਦੇ ਹਾਂ। ਸੋ ਸਾਰਾ ਜੇ ਪਵਨ ਪਾਣੀ ਜਿਹੜਾ ਹੈਗਾ, ਧਰਤੀ ਜਿਹੜੀ ਸਾਡੀ ਤਬਾਹ ਹੋ ਚੁੱਕੀ ਹੈ, ਇਸੇ ਕਰਕੇ ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਜਿਹੜੇ ਨੇ ਉਹ ਇੱਥੋਂ ਭੱਜਣਾ ਚਾਹੁੰਦੇ ਨੇ, ਇਸ ਜ਼ਮੀਨ ਨੂੰ ਛੱਡਣਾ ਚਾਹੁੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਛੱਡੀ ਰਹਿਣੇ ਆਲਰੇਡੀ, ਘੱਟੋ ਘੱਟ ਅੱਜ ਹੀ ਰਿਪੋਰਟ ਹੈ ਕਿ ਅਰਬਾਂ ਰੁਪਈਆ ਜਿਹੜਾ ਸਾਲਾਨਾ ਜਿਹੜਾ ਹੈਗਾ ਪੰਜਾਬ ਦਾ, ਉਹ ਬਾਹਰ ਜਾ ਰਿਹਾ, ਵਿਦੇਸ਼ਾਂ ਚ ਜਾ ਰਿਹਾ। ਅਸੀਂ ਜਿੱਥੋਂ ਅਸੀਂ ਪਹਿਲਾਂ ਸਾਡੇ ਕਮਾਉਂਦੇ ਸੀ, ਲੈ ਕੇ ਆਉਂਦੇ ਸੀ ਪ੍ਰਵਾਸੀ ਲੋਕ, ਹੁਣ ਅਸੀਂ ਉੱਥੋਂ ਲੈ ਕੇ ਜਾ ਰਹੇ, ਸਾਡਾ ਪੈਸਾ ਅੱਜ ਪੰਜਾਬ ਦਾ ਉੱਧਰ ਜਾ ਰਿਹਾ। ਸੋ ਇਸ ਕਰਕੇ ਪੰਜਾਬ ਅੱਜ ਬਹੁਤ ਇੱਕ ਖਤਰਨਾਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ, ਜੇ ਪੰਜਾਬੀ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਮੈਨੂੰ ਲੱਗਦਾ ਕਿ ਬਹੁਤ ਖਤਰਨਾਕ ਹੋਣ ਜਾ ਰਿਹਾ ਪੰਜਾਬ ਦਾ, ਖਾਸ ਤੌਰ 'ਤੇ ਵਾਤਾਵਰਨ ਨੂੰ ਜਦੋਂ ਅਸੀਂ ਦੇਖਦੇ ਹਾਂ, ਜਿਹਦੇ ਵਿੱਚ ਪਾਣੀ ਵੀ ਸ਼ਾਮਿਲ ਹੈ, ਵਾਯੂ ਵੀ ਸ਼ਾਮਿਲ ਹੈ, ਔਰ ਮਿੱਟੀ ਵੀ ਸ਼ਾਮਿਲ ਹੈ, ਇਹ ਤਿੰਨੋਂ ਚੀਜ਼ਾਂ ਮਿਲ ਕੇ ਜਿਹੜੀਆਂ ਨੇ ਤਬਾਹ ਕੀਤਾ ਜਾ ਰਿਹਾ ਸਾਨੂੰ, ਸਾਡੀਆਂ ਸਰਕਾਰਾਂ ਦੀ ਜਿਹੜੀ ਹੈਗੀ ਬੇਨੀਤੀ ਦੁਆਰਾ, ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨਾ ਹੋਣ ਕਰਕੇ, ਸਰਕਾਰਾਂ ਦੀ ਜਿਹੜੀ ਹੈਗੀ ਆ ਜਿਹੜੀ ਆ ਉੱਪਰਲਾ ਜਿਹੜਾ ਤਬਕਾ ਹੈ, ਉਹਨਾਂ ਨੂੰ ਸਾਰੀਆਂ ਸਬਸਿਡੀਆਂ ਉਹਨਾਂ ਨੂੰ ਮਿਲ ਰਹੀਆਂ ਨੇ, ਚਾਹੇ ਤੁਸੀਂ ਜਿਹਦੇ ਤੁਸੀਂ ਪੰਜਾਬ ਦੀ ਜਿਹੜੀ 7% ਕਿਸਾਨੀ ਹੈ, ਵਡੈਸ ਸਾਹਿਬ ਬੈਠੇ ਨੇ, ਉੱਪਰਲੀ ਜਿਹੜੀ ਅਮੀਰ ਕਿਸਾਨੀ ਹੈ ਉਹ ਸਾਰੀਆਂ ਸਬਸਿਡੀਆਂ ਲੈ ਰਹੀ ਹੈ, 84 ਲੱਖ ਬੀਬੀ ਭੱਠਲ ਦਾ ਵੀ ਮਾਫ਼ ਕੀਤਾ ਗਿਆ, ਉਹ ਸਾਰੇ ਉੱਪਰਲੇ ਵਾਲਿਆਂ ਨੂੰ ਸਾਰਾ ਕੁਝ ਮਾਫ਼ ਹੈ, ਉਹਨਾਂ ਦੀ ਇੰਡਸਟਰੀਆਂ ਚੱਲ ਰਹੀਆਂ ਨੇ, ਉਹਨਾਂ ਦਾ ਗੰਦਲਾ ਪਾਣੀ, ਮੇਰੇ ਨਾਲ ਬੈਠੇ ਨੇ ਜੋਗਾ ਸਿੰਘ ਜੀ, ਨਾਲ ਘੱਗਰ ਦਾ ਤੁਸੀਂ ਦੇਖੋ, ਘੱਗਰ ਦਾ ਜੋ ਹਾਲ ਹੈ ਪਿਛਲੇ ਲੰਮੇ ਸਮੇਂ ਤੋਂ, ਮੈਨੂੰ ਲੱਗਦਾ ਕਿ ਬਿਮਾਰੀਆਂ ਦੇ ਨਾਲ ਸਾਰੇ ਲੋਕ ਮਰ ਰਹੇ ਨੇ, ਘੱਗਰ ਦਾ ਸਾਰਾ ਜਿਹੜਾ ਲਵੇ ਲਾਉਣੇ ਦਾ ਇਲਾਕਾ ਹੈ। ਸੋ ਇਹਨਾਂ ਬਾਰੇ, ਇਹਨਾਂ ਬੁਨਿਆਦੀ ਗੱਲਾਂ ਬਾਰੇ ਹਜੇ ਸਾਡੀ ਸਰਕਾਰਾਂ ਜਿਹੜੀਆਂ ਧਿਆਨ ਨਹੀਂ ਦੇ ਰਹੀਆਂ। ਸੋ ਸਾਨੂੰ ਇਸ ਵੇਲੇ ਲੋੜ ਹੈ ਕਿ ਸਾਡੇ ਜਿਹੜੇ ਛੋਟੇ ਦਰਿਆ ਨੇ ਜਾਂ ਵੱਡੇ ਦਰਿਆ ਨੇ, ਉਹਨਾਂ ਨੂੰ ਕਿਵੇਂ ਸੰਭਾਲਿਆ ਜਾਏ, ਉਹਨਾਂ ਦੇ ਪਾਣੀ ਨੂੰ ਸਾਫ਼ ਕਿਵੇਂ ਕੀਤਾ ਜਾਵੇ, ਉਹਨਾਂ ਦੇ ਵਿੱਚੋਂ ਸਾਰਾ ਜਿਹੜਾ ਜ਼ਹਿਰਾਂ ਛੱਡੀਆਂ ਜਾ ਰਹੀਆਂ ਨੇ, ਔਰ ਉਸ ਦੇ ਉੱਤੇ ਗੱਲ ਵੀ ਜਿਹੜੀ ਹੈ ਨਾਲ ਨਾਲ ਸਰਵ ਪਾਰਟੀ ਦੀ ਹੋਣੀ ਚਾਹੀਦੀ ਹੈ। ਜੀ ਜੀ, ਜੋਗਾ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਕਿ ਅੱਜ ਜਿਹੜੀ ਪੰਜਾਬ ਸੂਬੇ ਦੀ ਹਾਲਤ ਜਿਹੜੀ ਹੈ ਬੜੀ ਤਰਸਯੋਗ ਬਣੀ ਹੋਈ ਹੈ। ਬੇਸ਼ੱਕ ਅਰਥਚਾਰਾ ਸਾਡੇ ਦੇਸ਼ ਦਾ ਹੀ ਬੜਾ ਪਿੱਛੇ ਚੱਲ ਗਿਆ, 4% ਜਿਹੜਾ GDP ਰਹਿ ਗਿਆ, ਪਾਕਿਸਤਾਨ ਤੋਂ ਵੀ ਅਸੀਂ ਹੇਠਲੇ ਕਰਾਰ 'ਤੇ ਆ ਗਏ ਹਾਂ। ਕਿਤੇ ਲਾਗੇ ਇੱਦਾਂ ਤਾਂ ਨਹੀਂ ਰਿਹਾ ਕਿ ਅਪੋਜੀਸ਼ਨ
ਜਾਂ ਸਰਕਾਰ ਰਲ ਕੇ ਲੋਕਾਂ ਦਾ ਧਿਆਨ ਡਿਵਰਟ ਕਰ ਰਹੀ ਹੈ ਕਿ ਲੋਕ ਕਿਤੇ ਦੂਜੇ ਪਾਸੇ ਨਾ ਤੁਰਪਣ? ਹਾਂ ਬਿਲਕੁਲ ਜੀ, ਸਰਕਾਰ ਨੂੰ ਵੀ ਇਹ ਹਾਲਾਤ ਬਣੇ ਪਏ ਹੈ ਕਿ ਜਿਹੜੇ ਮੁੱਦੇ, ਜਿਹੜੇ ਵਾਅਦੇ ਲੋਕਾਂ ਨਾਲ ਸਰਕਾਰਾਂ ਨੇ ਕੀਤੇ, ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਭਾਵੇਂ ਉਹ ਰਾਜਾਂ ਦੀਆਂ ਸਰਕਾਰਾਂ ਹੈ ਜੀ, ਉਹ ਪੂਰੇ ਕਰਦੀਆਂ ਨੇ, ਕਿਉਂਕਿ ਹੁਣ ਤਾਂ ਸਰਕਾਰਾਂ ਦਾ ਸਿਰਫ ਇਹੀ ਧਿਆਨ ਹੁੰਦਾ ਕਿ ਅਸੀਂ ਲੋਕਾਂ ਨੂੰ ਅਜਿਹੇ ਵਾਅਦੇ ਕਰ ਲਈਏ ਇੱਕ ਵਾਰੀ ਸਰਕਾਰ ਸੱਤਾ ਦੇ ਵਿੱਚ ਆ ਜਾਈਏ ਜੀ ਜੀ। ਸੋ ਇਸ ਕਰਕੇ ਸਰਕਾਰ ਦਾ ਵੀ ਇਹ ਹੈਗਾ। ਦੂਜਾ ਨਾ ਜੀ, ਜਿਹੜਾ ਅੱਜ ਪਾਣੀਆਂ ਦਾ ਮੁੱਦਾ, ਜਿਵੇਂ ਹੁਣ ਟ੍ਰਿਬਿਊਨਲ ਬਣਾਉਣ ਦੀ ਗੱਲ ਚੱਲ ਜੀ ਜੀ ਕਿ ਟ੍ਰਿਬਿਊਨਲ ਜੀ ਜੀ, ਪਰੰਤੂ ਮੈਂ ਇੱਕ ਧਿਆਨ ਦਵਾਉਂਗਾ ਅਕੜੀ ਸਾਹਿਬ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਸੱਤਵੇਂ ਸ਼ਡਿਊਲ ਦੀ ਪੰਜਵੀਂ ਐਂਟਰੀ ਹੈ ਜੀ, ਉਹਦੇ ਉੱਤੇ ਇੱਕ ਗੱਲ ਲਿਖੀ ਹੈ ਕਿ ਜਿੱਥੇ ਅੰਤਰਰਾਜੀ ਦਰਿਆ ਕਾਰਨ ਕੋਈ ਝਗੜਾ ਹੁੰਦਾ, ਜਿੱਥੇ ਮਤਲਬ ਅੰਤਰਰਾਜਰੀ ਦਰਿਆਵਾਂ ਦਾ ਝਗੜਾ ਹੈ ਜੀ ਜੀ, ਉੱਥੇ ਖੜਾ ਹੁੰਦਾ, ਉੱਥੇ ਕੇਂਦਰ ਉਸ ਮਸਲੇ ਨੂੰ ਹੱਲ ਕਰਨ ਦੇ ਲਈ ਟ੍ਰਿਬਿਊਨਲ ਬਣਾ ਸਕਦਾ ਜੀ। ਪਰੰਤੂ ਜਿਹੜਾ ਪੰਜਾਬ ਦਾ ਸੂਬਾ ਹੈ, ਉਹਦੇ ਲਈ ਟ੍ਰਿਬਿਊਨਲ ਦੀ ਕੀ ਲੋੜ ਹੈ? ਟ੍ਰਿਬਿਊਨਲ ਦੀ ਲੋੜ ਨਹੀਂ, ਇਹ ਤਾਂ ਰਿਪੇਰੀਅਨ ਐਕਟ ਦੇ ਵਿੱਚ ਆਉਂਦਾ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡਾ ਸੂਬਾ ਆਉਂਦਾ ਤਾਂ ਰਿਪੇਰੀਅਨ ਐਕਟ ਦੇ ਵਿੱਚ ਹੈ ਤੇ ਆਗੂ ਸਾਡੇ ਕਹਿੰਦੇ ਟ੍ਰਿਬਿਊਨਲ ਬਣਾ ਦਿਓ ਜੀ ਜੀ, ਇਹ ਆਪਣੇ ਆਪ ਕਰ ਰਹੇ ਹਨ। ਹੁਣ ਦੇਖੋ ਜਿਹੜੇ ਸੂਬਿਆਂ ਦੇ ਵਿੱਚੋਂ ਲੱਕੜ ਆਉਂਦੀ ਹੈ ਉਹ ਉਹਦੇ ਉੱਤੇ ਆਪਣਾ ਪੈਸਾ ਲੈਂਦੇ ਆ, ਜਿੱਥੋਂ ਕੋਲਾ ਨਿਕਲਦਾ ਉੱਥੋਂ ਪੈਸਾ ਲੈ ਰਹੇ ਆ, ਰਾਜਸਥਾਨ ਪੱਥਰ ਤੋਂ ਪੈਸਾ ਲੈਂਦਾ ਜੀ। ਜਾਂ ਤਾਂ ਇਹ ਸਟੇਟਾਂ ਸਾਨੂੰ ਇਹ ਚੀਜ਼ਾਂ ਫ੍ਰੀ ਦੇਣ ਜੀ, ਅਸੀਂ ਬਿਜਲੀ ਦੇ ਪ੍ਰੋਜੈਕਟਾਂ ਦੇ ਲਈ ਜਿੰਨਾ ਕੋਲਾ ਖਰੀਦਿਆ ਉਹ ਸਾਡੇ ਤੋਂ ਪੈਸਾ ਲੈਂਦੇ ਰਹੇ ਜੀ ਜੀ ਜੀ। ਸਾਡੇ ਕੋਲ ਰਿਪੇਰੀਅਨ ਐਕਟ ਮੁਤਾਬਕ, ਰਿਪੇਰੀਅਨ ਕਾਨੂੰਨ ਮੁਤਾਬਕ ਪਾਣੀ ਹੀ ਸੀ ਜੀ ਜਿਹੜਾ ਅਸੀਂ ਦੇ ਸਕਦੇ ਹਾਂ ਜੀ। ਇੱਕ ਆਕੜੀ ਸਾਹਿਬ ਧਿਆਨ ਦੇਣ ਯੋਗ ਗੱਲ ਹੈ, ਆਪਣੇ ਨੇੜੇ ਨਰਵਾਣਾ ਨਹਿਰ ਨਿਕਲਦੀ ਜੀ, ਹਾਂਸੀ ਬਟਾਣਾ ਦਾ ਵੱਡਾ ਮੁੱਦਾ ਸੀ ਹਾਂਜੀ, ਤੇ ਜਿਹੜੀ ਘਨੌਰ ਦੇ ਨੇੜੇ ਜਾ ਕੇ ਐਸ ਵਾਈ ਐਲ ਤੇ ਨਰਵਾਣਾ ਇਕੱਠੀਆਂ ਹੋ ਜਾਂਦੀਆਂ ਜੀ, ਨਰਵਾਣਾ ਬ੍ਰਾਂਚ ਦੀਆਂ ਜਿਹੜੀਆਂ ਬਰਮਾ ਤੇ ਕੰਢੇ ਹੈ ਇਹ ਕਾਫੀ ਸਮਾਂ ਪਹਿਲਾਂ ਤੋਂ ਅੱਜ ਤੱਕ ਉੱਚੇ ਕਰ ਦਿੱਤੇ ਗਏ ਜੀ। 25-30% ਪਾਣੀ ਐਸ ਵਾਈ ਐਲ ਦਾ ਜੇ ਉਸ ਸਮੇਂ ਤੋਂ ਲੈ ਕੇ ਅੱਜ ਦੇਖੋਗੇ ਨਰਵਾਣਾ ਬ੍ਰਾਂਚ ਦੇ ਰਾਹੀਂ ਹਰਿਆਣੇ ਨੂੰ ਵੱਧ ਦਿੱਤਾ ਜਾ ਰਿਹਾ ਜੀ ਜੀ, ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ। ਹਰਿਆਣੇ ਨੂੰ ਪਹਿਲਾਂ ਹੀ, ਅਸੀਂ ਨਹੀਂ ਕਹਿੰਦੇ ਹਰਿਆਣੇ ਦੇ ਵੀ ਸਾਡੇ ਭਰਾ ਹੈ, ਉਹਨਾਂ ਨੂੰ ਵੀ ਪਾਣੀ ਮਿਲਣਾ ਚਾਹੀਦਾ ਜੀ ਜੀ, ਲੇਕਿਨ ਹਰਿਆਣੇ ਦਾ ਜੇਕਰ ਅੱਜ ਬਜਟ ਦੇਖੀਏ ਉਹ ਪਲੱਸ ਦੇ ਵਿੱਚ ਹੈ ਜੀ, ਹਰਿਆਣੇ ਸਰਕਾਰ ਕੋਲ ਗੌਰਮੈਂਟ ਕੋਲ ਪੈਸਾ ਵਾਧੂ ਹੈ ਜੀ, ਲੇਕਿਨ ਪੰਜਾਬ ਦੇ ਕੋਲ ਅੱਜ ਪੈਸਾ ਕੀ ਹੈ, ਅੱਜ ਹਾਲਾਤ ਕਿਹੋ ਜਿਹੇ ਜੀ ਜੀ, ਔਰ ਉੱਥੇ ਗੁੜਗਾਵਾਂ ਵਰਗੀ ਉਹ ਸ਼ਹਿਰ ਪਿਆ ਜਿੱਥੋਂ ਉਹਨਾਂ ਕੋਲ ਪੈਸਾ ਆਉਂਦਾ ਜੀ। ਸੋ ਇਸ ਕਰਕੇ ਹਾਲਾਤ ਅਜਿਹੇ ਹੈ, ਜੇ ਲੀਡਰਸ਼ਿਪ ਇਸ ਮਸਲੇ ਦੇ ਉੱਤੇ ਨਾ ਸੰਸੀਅਰ ਹੋਈ, ਨਾ ਸੀਰੀਅਸ ਫੈਸਲੇ ਲਏ ਜੀ, ਤਾਂ ਸਾਡੇ ਪੰਜਾਬ ਦੇ ਹਾਲਾਤ ਬਹੁਤ ਬਦਤਰ ਹੋ ਜਾਣੇ ਹੈ ਜੀ। ਤੇ ਇੱਕ ਇਹਦੇ ਨਾਲ ਮੈਂ ਇੱਕ ਗੱਲ ਜੋੜਨੀ ਚਾਹਾਂਗਾ, ਜਿੱਥੇ ਪਾਣੀਆਂ ਦੇ ਮੁੱਦੇ ਨੂੰ ਐਸ ਵਾਈ ਐਲ ਜਾਂ ਇਸ ਮਸਲੇ ਦੇ ਨਾਲ ਜੋੜ ਰਹੇ ਹਾਂ, ਉੱਥੇ ਨਾਲ ਨਾਲ ਕੋਈ ਖੇਤੀ ਦੀ ਨਵੀਨਤਾ, ਖੇਤੀ ਦੇ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਵੀ ਇਹ ਸਰਕਾਰਾਂ ਚਿੰਤਨ ਹੋਣ, ਤਾਂ ਵੀ ਥੋੜ੍ਹਾ ਜਿਹਾ ਪਾਣੀਆਂ ਨੂੰ ਆਪਾਂ ਬਚਾ ਸਕਦੇ ਹਾਂ। ਠੀਕ ਹੈ ਜੀ, ਮੈਂ ਬੜਾ ਸਾਹਿਬ ਤੁਸੀਂ ਕਰ ਲਓ ਐਡੀਸ਼ਨ, ਉਹ 'ਚ ਮੈਂ ਇੱਕ ਹੋਰ ਵੱਡੀ ਗੱਲ ਕਹਿਣ ਕਰਨ ਲੱਗਿਆ ਤੁਹਾਡੇ ਨਾਲ। ਠੀਕ ਹੈ, ਟ੍ਰਿਬਿਊਨਲ ਦੀ ਗੱਲ ਯੋਗਾ ਸਿੰਘ ਨੇ ਕਹਿਤੀ ਕਿ ਰਿਪੇਰੀਅਨ ਕਾਨੂੰਨ ਮੁਤਾਬਕ ਸਾਡਾ ਹੱਕ ਹੈ, ਸਾਡਾ ਰਾਈਟ ਹੈ, ਸਾਡੇ ਦਰਿਆ ਹੈ, ਅਤੇ ਉਹਦੇ ਉੱਤੇ ਟ੍ਰਿਬਿਊਨਲ ਬਣਾਉਣ ਦੀ ਲੋੜ ਕੀ ਹੈ? ਇਹ ਧਿਆਨ ਡਿਵਰਟ ਕਰਨ ਦੀ ਗੱਲ ਹੈ, ਸ਼ਾਇਦ ਦਰਸ਼ਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ। ਲੇਕਿਨ ਵੱਡੀ ਗੱਲ ਇਹ ਹੈ ਕਿ ਚੰਡੀਗੜ੍ਹ ਇੱਕ ਐਸਾ ਇਸ਼ੂ ਸੀ ਪੰਜਾਬ ਕੋਲ ਜਿਹੜਾ ਹੁਣ ਤੱਕ ਲੜਾਈ ਲੜਦੇ ਰਹੇ ਹੈ, ਅਕਾਲੀਆਂ ਨੇ ਵੱਡੇ ਮੋਰਚੇ ਲਾਏ, ਪੰਜਾਬ ਹਤੈਸ਼ੀ ਲੋਕਾਂ ਨੇ ਉਹਦੇ 'ਤੇ ਐਜੀਟੇਸ਼ਨਾਂ ਵੀ ਕੀਤੀਆਂ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਹ 'ਤੇ ਲੜਾਈ ਲੜੀ। ਲੇਕਿਨ ਆ 2019 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਐਫੀਡੈਫਟ ਜਿਹੜਾ ਦੇ ਦਿੱਤਾ ਗਿਆ ਕਿ ਅਸੀਂ ਚੰਡੀਗੜ੍ਹ ਦੇ ਆਪਣਾ ਹੱਕ ਛੱਡਦੇ ਹਾਂ। ਜੇ ਚੰਡੀਗੜ੍ਹ ਤੋਂ ਹੱਕ ਛੱਡਤਾ, ਪਾਣੀ ਸਾਡੇ ਤੋਂ ਖੋਇਆ ਗਿਆ, ਤਾਂ ਰਹੂਗਾ ਕੀ? ਤੁਹਾਡੀ ਗੱਲ ਦੇ ਨਾਲ ਹੀ ਮੈਂ ਗੱਲ ਜੋੜਦਾ ਹਾਂ ਕਿ ਸਾਰਾ ਜਿਹੜਾ ਲੋਕਾਂ ਦਾ ਜਿਹੜਾ ਸਵਾਲ ਉੱਠਦੇ ਆ ਉਹ ਪੋਲੀਟੀਕਲ ਪਾਰਟੀਆਂ 'ਤੇ ਜਾਂਦੇ ਆ। ਜਦੋਂ ਉਹ ਸਰਕਾਰਾਂ 'ਚ ਬੈਠਦੇ ਨੇ, ਜਦੋਂ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਦੇ ਹਾਂ ਜੀ,
ਤੇ ਉਹਨਾਂ ਪ੍ਰਤੀ ਕੁਝ ਸਵਾਲ ਜਿਹੜੇ ਬਣਦੇ ਆ ਉਹਨਾਂ ਦਾ ਜਵਾਬ ਉਹਨਾਂ ਤੋਂ ਲੈਣਾ ਬਣਦਾ। ਜੀ ਜੀ, ਪਹਿਲਾ ਸਵਾਲ ਤੇ ਮੈਂ ਇਹ ਪੁੱਛਦਾ ਕਿ ਕੋਈ ਪਾਰਟੀਆਂ, ਸਾਰੀਆਂ ਪਾਰਟੀਆਂ, ਚਾਹੇ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਹੋਵੇ, ਜੀ ਜੀ, ਵੀ ਪਹਿਲਾਂ ਤੇ ਤੁਸੀਂ ਜਦੋਂ SYL ਦਾ ਫੈਸਲਾ ਹੋਇਆ ਉਦੋਂ ਵੀ ਤੁਸੀਂ ਸੀ ਜੀ, ਇਹੀ ਪਾਰਟੀਆਂ ਬਦਲ ਬਦਲ ਕੇ ਆਉਂਦੀਆਂ ਨੇ, ਫਿਰ ਹਾਂਸੀ ਬੁਟਾਣਾ ਦਾ ਫੈਸਲਾ ਹੋ ਜੀ ਜੀ ਜੀ, ਉਦੋਂ ਵੀ ਤੁਸੀਂ ਸੀਗੇ। ਇਹਨਾਂ ਦੀਆਂ ਪਾਰਟੀਆਂ ਆਪਣੀਆਂ ਕੇਂਦਰ 'ਚ ਵੀ ਆਉਂਦੀਆਂ ਰਹੀਆਂ ਜੀ ਜੀ, ਗੁਰਦਾਸ ਸਿੰਘ ਜੀ ਨੇ ਵੀ ਇਹ ਗੱਲ ਕੀਤੀ ਜੀ ਜੀ ਜੀ, ਕਿ ਤੁਸੀਂ ਇਹ ਮਸਲੇ ਉਦੋਂ ਕਿਉਂ ਨਹੀਂ ਉਠਾਉਂਦੇ ਸੀਗੇ ਜੀ। ਮੈਂ ਬਿਲਕੁਲ ਆਪਣੇ ਗਵਾਂਢੀ ਰਾਜ, ਸਾਡਾ ਕੋਈ ਹਰਿਆਣੇ ਵਾਲਿਆਂ ਨਾਲ ਵਿਰੋਧ ਨਹੀਂ ਹੈਗਾ, ਇਸ ਗੱਲ ਤੋਂ ਇਹ ਨਾ ਸਮਝ ਲਿਆ ਜਾਵੇ ਕਿ ਅਸੀਂ ਸ਼ਾਇਦ ਉਹਨਾਂ ਦਾ ਵਿਰੋਧ ਕਰਨ ਲਈ ਜੀ 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 ਜੀ, ਸਾਡੇ ਭਰਾ ਨੇ ਉਹ ਪਾਣੀਆਂ ਨੂੰ, ਪਾਣੀ ਉਹਨਾਂ ਨੂੰ ਵੀ ਚਾਹੀਦੇ ਆ, ਸਭ ਕੁਝ ਚਾਹੀਦਾ ਰਲ ਮਿਲ ਕੇ। ਜਦੋਂ ਹਾਂਸੀ ਬਟਾਣਾ ਬਣਦੀ ਪਈ ਸੀ ਜੀ, ਉਸ ਵਕਤ ਕੋਈ ਪਾਰਟੀ ਵਿਰੋਧ 'ਚ ਨਹੀਂ ਆਈ ਜੀ, ਕਿਸੇ ਨੇ ਉੱਥੇ ਧਰਨਾ ਨਹੀਂ ਲਾਇਆ ਜੀ ਜੀ। ਜਦੋਂ ਉਹ ਨਹਿਰ ਬਣ ਗਈ, ਕਿਉਂਕਿ ਹੁਣ ਤਾਂ ਉਹਦਾ ਕੇਸ ਜਿਹੜਾ ਉਹ ਕੋਰਟ ਦੇ ਵਿੱਚ, ਅਸੀਂ ਉੱਥੇ ਕਮੈਂਟ ਨਹੀਂ ਕਰਦੇ ਜੀ ਜੀ, ਮੈਂ ਇਤਿਹਾਸ ਦੀ ਗੱਲ ਕਰਦਾ ਜੀ ਜੀ, ਕਿ ਜਦੋਂ ਨਹਿਰ ਬਣ ਗਈ ਨਾ ਤਾਂ ਫਿਰ 2010 ਦੇ ਵਿੱਚ ਇੱਕ ਹੜ੍ਹ ਆਇਆ ਸੀ ਜੀ, ਬਹੁਤ ਮੀਂਹ ਪਿਆ ਸੀ ਜੀ, ਔਰ ਹਾਂਸੀ ਬਟਾਣਾ ਦੀ ਜਿਹੜੀ ਰੋਕ ਸੀ ਉਹ ਲੱਗ ਗਈ। ਇਹ ਸਾਰੇ ਪਿੰਡ ਉਹਦੇ ਵਿੱਚ ਸੱਸਾ ਗੁਜਰਾ, ਅਗਲੇ ਪਾਸੇ ਪਿੰਡ ਪੈਂਦੇ, ਕੁਝ ਹਰਿਆਣੇ ਦੇ ਪੈਂਦੇ ਜੀ ਜੀ ਜੀ, ਨਾਲ ਸਾਡੇ ਮੀਰਾਪੁਰ ਹੈ, ਦੇਵੀ ਆਪਣਾ ਭਨੇੜੀ ਹੈ, ਸਾਰੇ ਇੱਥੇ ਪਿੰਡ ਪੈਂਦੇ ਨੇ। ਸੋ ਉਹ ਪਿੰਡ ਡੁੱਬਣ ਵਾਲੇ ਹੋ ਗਏ ਸੀ, ਜਿਹੜਾ ਸਾਈਫਨ ਉਹਨਾਂ ਨੇ ਛੋਟਾ ਜਿਹਾ ਉਹਦੇ ਥੱਲਿਓਂ ਦਿੱਤਾ ਸੀ ਉਹ ਭਰ ਗਿਆ ਸੀ, ਬੰਦ ਹੋ ਗਿਆ ਸੀ ਬੂਟੀ ਨਾਲ, ਔਰ ਉਦੋਂ ਅੱਖਾਂ ਖੁੱਲੀਆਂ ਕਿ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਜੇ ਇਸ ਤੋਂ ਜ਼ਿਆਦਾ ਮੀਂਹ ਪੈ ਗਿਆ, ਤਾਂ 40-50 ਪਿੰਡ ਨੇ ਪਿਛਲੇ ਵਿੱਚ ਕਜੇ ਕਿਹਾ ਵੀ ਉਹ ਸਾਰੇ ਡੁੱਬ ਜਾਣਗੇ ਜੀ ਜੀ ਜੀ। ਉਸ ਤੋਂ ਬਾਅਦ ਐਜੀਟੇਸ਼ਨ ਉਹਦੇ ਖਿਲਾਫ ਸ਼ੁਰੂ ਹੋਈ ਜੀ, ਉਦੋਂ ਉਹ ਸਾਰਾ ਕੁਝ ਬਣ ਚੁੱਕਾ ਸੀ। ਹੁਣ ਤੁਸੀਂ ਉਹ ਨਹਿਰ ਜਿਹੜੀ ਆ 100 ਕਿਲੋਮੀਟਰ ਤੋਂ ਵੱਡੀ ਨਹਿਰ ਹੈ ਜੀ ਜੀ ਜੀ, ਉਹਦੇ ਉੱਤੇ ਕਰੋੜਾਂ ਰੁਪਈਆ ਹਰਿਆਣਾ ਗਵਰਨਮੈਂਟ ਨੇ ਲਾ ਚੁੱਕੀ ਹੈ, ਬੰਨ ਪੱਕੇ ਕਰ ਚੁੱਕੀ ਹੈ ਚੁੱਕੀ ਹੋਈ ਹੈ ਜੀ ਜੀ। ਹੁਣ ਤੁਸੀਂ ਰੌਲਾ ਪਾ ਰਹੇ ਹੋ ਜੀ ਹਾਂਸੀ ਬਟਾਣਾ ਸਾਡਾ ਨੁਕਸਾਨ ਕਰ ਰਿਹਾ, ਜਦੋਂ ਤੁਸੀਂ ਸੁੱਤੇ ਹੋਏ ਸੀ ਜੀ ਸੈਂਟਰ ਦੇ ਵਿੱਚ, ਇੱਥੇ ਪੰਜਾਬ ਦੇ ਵਿੱਚ ਵੀ ਉਦੋਂ ਜਦੋਂ ਅਕਾਲੀਆਂ ਦੀ ਸਰਕਾਰ ਸੀ ਜੀ, ਉੱਥੇ ਕੇਂਦਰ ਸਰਕਾਰ ਦੇ ਵਿੱਚ ਵੀ ਇਹਨਾਂ ਦੀ ਭਾਈਵਾਲ ਪਾਰਟੀ ਸੀ, ਕਾਂਗਰਸ ਪਾਰਟੀ ਵੀ ਰਹੀ ਹੈ, ਇਹ ਮਸਲੇ ਉਦੋਂ ਕਿਉਂ ਨਹੀਂ ਸੁੱਟਦੇ? ਇਸ ਕਰਕੇ ਸਵਾਲ ਬਣਦੇ ਆ ਸਾਡੇ ਲੀਡਰਾਂ ਦੇ ਉੱਤੇ ਕਿ ਤੁਸੀਂ ਜਦੋਂ ਚੋਣਾਂ ਆਉਣੀਆਂ ਹੁੰਦੀਆਂ ਨੇ ਜੀ, ਉਦੋਂ ਇਹ ਮੁੱਦੇ ਜਦੋਂ ਲੈ ਕੇ ਆਉਂਦੇ ਹੋ ਜੀ, ਤਾਂ ਸੱਚਮੁੱਚ ਮੈਂ ਸਮਝਦਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਜਦੋਂ ਉਹਨਾਂ ਦੇ ਅਸੂਲਾਂ ਦੀ ਗੱਲ ਕਰਦੇ ਹਾਂ ਸਾਹਿਬ, ਕਿ ਉਹਨਾਂ ਨੇ ਮਨੁੱਖਤਾ ਦੀ ਗੱਲ ਕੀਤੀ ਆ, ਔਰ ਅਸੀਂ ਇਸ ਧਰਤੀ ਦੇ ਉੱਤੇ ਕਹਿੰਦੇ ਹਾਂ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਜੀ ਜੀ ਜੀ, ਹੁਣੇ ਅਸੀਂ ਉਹਨਾਂ ਦਾ ਐਡੇ ਵੱਡੇ ਪੱਧਰ ਤੇ ਮਨਾ ਕੇ ਜੀ 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 550ਵਾਂ ਪ੍ਰਕਾਸ਼ ਦਿਹਾੜਾ, ਗੁਰਬਾਣੀ ਚਾਹੁੰਦਾ ਕਿ ਪਵਨ ਗੁਰੂ ਪਾਣੀ ਪਿਤਾ ਵਾਲੀ ਗੱਲ ਹੁੰਦੀ ਹੈ ਜੀ ਜੀ, ਪਰ ਇੱਕ ਪਾਸੇ ਆਉਂਦਾ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਜੀ ਜੀ। ਜੇ ਅਸੀਂ ਇਸੇ ਗੱਲ ਨੂੰ ਲੈ ਕੇ ਚੱਲੀਏ ਤੇ ਪਾਣੀਆਂ ਨੂੰ ਰਾਜਨੀਤੀ ਦਾ ਮਸਲਾ ਨਾ ਬਣਾਓ ਜੀ ਜੀ ਜੀ, ਇਹ ਮਨੁੱਖਤਾ ਦੀ ਸੇਵਾ ਲਈ, ਉਹਦੇ ਲਈ ਕੀ ਕਰ ਸਕਦੇ ਹੋ, ਪਾਣੀ ਬਚਾਉਣੇ ਕਿਵੇਂ? ਅੱਜ ਸਥਿਤੀ ਇਹ ਹੈ ਕਿ ਸਾਡਾ ਪਾਣੀ, ਜਿਵੇਂ ਪਹਿਲਾਂ ਗੱਲ ਕੀਤੀ, ਪਾਣੀ ਥੱਲੇ ਚਲੇ ਗਏ, 14 ਲੱਖ ਤੋਂ ਵੱਧ ਟਿਊਬਵੈਲ ਨੇ ਜੀ ਜੀ, ਇਸ ਦੇ ਨਾਲ ਨਾਲ ਘਰੇਲੂ ਵਰਤੋਂ ਪਾਣੀ ਦੀ ਹੋ ਰਹੀ ਜੀ ਜੀ, ਸਬਮਰਸੀਬਲ ਪੰਪ ਲੱਗੇ ਹੋਏ ਜੀ, ਇਸ ਦੇ ਨਾਲ ਉਦਯੋਗ ਦੇ ਵਿੱਚ ਜਿੰਨਾ ਐਕਸਪਲਾਈਟ ਗਰਾਊਂਡ ਵਾਟਰ ਹੋ ਰਿਹਾ ਉਹਦੇ ਤੇ ਕੋਈ ਚੈੱਕ ਨਹੀਂ ਹੈਗਾ ਜੀ, ਹੋਟਲਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਸਾਡੇ ਸਰੋਤੇ ਤੁਸੀਂ ਵੀ ਸਹਿਮਤ ਹੋਵੋਗੇ ਕਿ ਅਸੀਂ ਕਹਿ ਤਾਂ ਦਿੰਦੇ ਹਾਂ ਜੀ ਪਾਣੀ ਦੀ ਬੂੰਦ ਬੂੰਦ ਜਿਹੜੀ ਆ ਨਾ ਕੀਮਤੀ ਹੈ, ਕੀਮਤੀ ਹੈ, ਬੂੰਦ ਬੂੰਦ ਨਾਲ ਦਰਿਆ ਭਰਦਾ ਜੀ, ਪਰ ਇਹਨੂੰ ਉਲਟ ਕਰ ਲਓ, ਬੂੰਦ ਬੂੰਦ ਨਾਲ ਸਮੁੰਦਰ ਖਤਮ ਵੀ ਹੋ ਸਕਦਾ ਜੀ ਜੀ, ਪਰ ਅਸੀਂ ਖਤਮ ਹੋਣ ਵਾਲੇ ਪਾਸੇ ਚਲੇ ਗਏ ਆ। ਸਥਿਤੀ ਇਹ ਹੋ ਗਈ ਹੈ ਪਾਣੀ ਦੀ ਕਿ ਸਾਡੇ ਨਾਲ ਹਿਮਾਚਲ ਹੈ ਜੀ, ਹਿਮਾਚਲ ਦੇ ਸਰਵੇ ਆਇਆ ਪਿੱਛੇ ਜੇ ਕਿ ਪਾਣੀ ਥੱਲੇ ਜਾਣ ਕਰਕੇ
ਜਿਹੜੀ ਪੂਰੇ ਸਾਡੇ ਵਿਸ਼ਵ ਦੇ ਵਿੱਚ ਜਿਹਨੂੰ ਗਲੋਬਲ ਵਾਰਮਿੰਗ ਜੀ, ਉਹਦਾ ਅਸਰ ਇਹ ਹੋਇਆ ਕਿ ਉਹਨਾਂ ਦੀ ਜਿਹੜੀ ਸੇਬਾਂ ਦੀ ਸੇਬ ਦੀ ਫਸਲ ਹੈ ਉਹਦੀ ਜਿਹੜੀ ਵਧੀਆ ਫਸਲ ਦੀ ਬੈਲਟ ਸੀ ਥੱਲੇ ਜੀ, ਉਹ ਖਿਸਕ ਕੇ ਪਹਾੜਾਂ ਦੇ ਉੱਤੇ 4-5 ਕਿਲੋਮੀਟਰ ਉੱਪਰ ਹੋ ਗਈ, ਉੱਪਰ ਚਲੀ ਗਈ ਪਾਣੀ ਦਾ ਇੰਨਾ ਜੀ ਜੀ ਜੀ। ਔਰ ਸਾਡੇ ਨਾਲ ਡੇਰਾ ਬਾਬਾ ਨਾਨਕ ਹੈ, ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਚੋਂ ਜਾਣਦੇ ਹੋਣਗੇ ਕਿ ਉੱਥੇ ਲੋਕ ਨਾ ਜਾਂਦੇ ਹੁੰਦੇ ਸੀ, ਉੱਥੇ ਇੱਕ ਧਾਰਾ ਪਾਣੀ ਦੀ ਡਿੱਗਦੀ ਸੀ ਜੀ, ਇਹਦੇ ਥੱਲੇ ਕਹਿੰਦੇ ਸੀ ਕਿ ਕਿਸੇ ਨੂੰ ਜੇ ਭੂਤ ਚਿੰਬੜਿਆ ਤੇ ਉਹ ਉੱਥੇ ਥੱਲੇ ਲੈ ਜਾਓ ਤੇ ਉਹ ਭੂਤ ਨਿਕਲ ਜਾਂਦਾ ਸੀ ਜੀ। ਅਸੀਂ ਇਹ ਵੀ ਸੁਣਿਆ ਵੀ ਉੱਥੇ ਲੋਕੀ ਜਾਣਦੇ ਜਿਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੁੰਦੀ ਸੀ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਸ਼ਾਇਦ ਇਹਨਾਂ ਨੂੰ ਭੂਤ ਚਿੰਬੜਿਆ, ਉਹ ਉਹਦੇ ਥੱਲੇ ਜਾਣੋਂ ਡਰਦੇ ਸੀ ਜੀ। ਔਰ ਉਸ ਵਕਤ ਅੱਜ ਤੋਂ 15 ਸਾਲ ਪਹਿਲਾਂ ਅਕੜੀ ਸਾਹਿਬ ਜੀ, ਡਾਕਟਰ ਸਾਹਿਬ ਜੀ, ਉੱਥੇ ਬਹੁਤ 200 ਮੀਟਰ ਤੋਂ ਉੱਪਰੋਂ ਉਹ ਝਰਨਾ ਪੈਂਦਾ ਸੀ, ਝਰਨਾ ਜੀ ਜੀ, 200 ਮੀਟਰ ਦੇ ਉੱਤੋਂ ਝਰਨਾ ਆਉਂਦਾ ਸੀ ਜੀ। ਅੱਜ ਤੁਸੀਂ ਜਾਓ, ਮੈਂ ਖੁਦ ਉੱਥੇ ਹੋ ਕੇ ਆਇਆ ਜੀ, ਇਸ ਟਾਈਮ ਉੱਥੇ ਕੋਈ ਝਰਨਾ ਨਹੀਂ ਜੀ। ਮੈਨੇਜਮੈਂਟ ਨੇ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਵਾਸਤੇ ਪੀਵੀਸੀ ਪਾਈਪ ਲਾਈ ਹੋਈ ਆ ਉੱਪਰੋਂ, ਉਹ ਪਾਣੀ ਸਿੱਟਦੀ ਹੈ, ਉਸ ਪਾਣੀ ਦੇ ਥੱਲੇ ਲੋਕੀ ਜਾ ਕੇ ਜਿਹੜੇ ਆ ਉਹ ਮੱਥਾ ਟੇਕਦੇ ਆ ਜੀ ਜੀ। ਇਹ ਸਥਿਤੀ ਪਾਣੀ ਦੀ ਅੱਜ ਹੋ ਗਈ ਹੈ ਜੀ ਜੀ। ਅਸੀਂ ਜਾਣਾ ਕਿੱਧਰ ਹੈ, ਸਾਨੂੰ ਲੱਗਦਾ ਵੀ ਹਾਂ ਠੀਕ ਹੈ ਅਸੀਂ ਹੁਣ ਹੈਗੇ ਹਾਂ, ਆਪਣੀਆਂ ਮੌਜਾਂ ਕਰੋ ਜਦੋਂ ਬਾਕੀ ਦੂਸਰੀਆਂ ਨਸਲਾਂ ਆਉਣਗੀਆਂ। ਜੇ ਇਹੀ ਗੱਲ ਸਾਡੇ ਬਜ਼ੁਰਗਾਂ ਨੇ ਸੋਚੀ ਹੁੰਦੀ ਤੇ ਅਸੀਂ ਅੱਜ ਇਹ ਪਾਣੀ ਪੀ ਸਕਦੇ ਸੀ, ਜਿਹਦੇ ਉੱਤੇ ਅਸੀਂ ਮਾਣ ਕਰਦੇ ਹਾਂ ਕਿ ਪੰਜਾਬਾਂ ਦੀ ਧਰਤੀ ਹੈਗੀ ਆ ਜੀ ਜੀ। ਮੈਨੂੰ ਲੱਗਦਾ ਜਿਵੇਂ ਇਹ ਵਿਸ਼ਵ ਦੇ ਵਿੱਚ ਵੀ ਗੱਲ ਹੋ ਰਹੀ ਹੈ ਕਿ 3ਵੀਂ ਵਿਸ਼ਵ ਯੁੱਧ ਜਿਹੜੀ ਆ ਉਹ ਕਹਿੰਦੇ ਪਾਣੀਆਂ 'ਤੇ ਹੋਣੀ ਜੀ, ਔਰ ਜਿਹੜੇ ਹਾਲਾਤ ਬਣਦੇ ਪਏ ਆ, ਜਿਹੜੇ ਹਿਸਾਬ ਨਾਲ ਪੋਲੀਟੀਕਲ ਪਾਰਟੀ ਨੇ, ਲੜਾਈ ਤਾਂ ਸ਼ੁਰੂ ਹੋ ਚੁੱਕੀ ਹੈ, ਲੜਾਈ ਸ਼ੁਰੂ ਹੋ ਚੁੱਕੀ ਹੋਈ ਜੀ ਜੀ ਜੀ। ਬਸ ਇਹਨੇ ਇੱਕ ਰੂਪ ਹੀ ਧਾਰਨਾ, ਰੂਪ ਧਾਰਨਾ ਜੀ। ਭਾਖੜਾ ਬਿਆਸ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਉਹਦਾ ਟੋਟਲੀ ਪ੍ਰਬੰਧ ਕੇਂਦਰ ਕੋਲ ਹੈ, ਸਾਡੇ ਪੰਜਾਬ ਦੇ ਪਾਣੀਆਂ ਦਾ ਪ੍ਰਬੰਧ ਜਾਂ ਚਾਬੀ ਕਹਿ ਲਈ ਉਹ ਕੇਂਦਰ ਸਰਕਾਰ ਲਈ ਬੈਠੀ ਹੈ। ਪਿਛਲੇ ਲੰਮੇ ਇਤਿਹਾਸ ਨੂੰ ਝਾਤੀ ਮਾਰੀਏ ਤਾਂ ਇੱਥੋਂ ਦੇ ਸੂਬੇ ਦੇ ਮੁੱਖ ਮੰਤਰੀਆਂ ਤੋਂ ਉਦੋਂ ਦੀਆਂ ਪ੍ਰਧਾਨ ਮੰਤਰੀ ਸਾਹਿਬਾਨ ਨੇ ਗਲ 'ਚ ਗੁੱਠਾ ਦੇ ਕੇ ਪਾਣੀ ਦੀ ਵੰਡ ਕਰਵਾਈ ਟੇਢੇ ਤਰੀਕੇ ਨਾਲ, ਜਿਹਦਾ ਸਭ ਤੋਂ ਵੱਡਾ ਮਾਲਕ ਸੀ ਉਹ ਮਾਲਕ ਦੀ ਮਾਲਕੀ ਖਤਮ ਕਰਕੇ ਗੁਆਂਢੀ ਸੂਬਿਆਂ ਨੂੰ ਪਾਣੀ ਦੇ ਦਿੱਤਾ ਗਿਆ। ਠੀਕ ਹੈ, ਪਾਣੀ ਸਾਰਿਆਂ ਦੀ ਜ਼ਰੂਰਤ ਹੈ, ਪਾਣੀ ਸਾਰਿਆਂ ਨੂੰ ਚਾਹੀਦਾ, ਪਰ ਕਿਸੇ ਦੀ ਜਾਨ ਕੱਢ ਕੇ ਦੂਜੇ 'ਚ ਪਾ ਕੇ ਦੂਜੇ ਨੂੰ ਮਾਰਨ ਦਾ ਯਤਨ ਕਿਵੇਂ ਕੀਤਾ ਗਿਆ, ਇਹ ਵੀ ਤਾਂ ਵੱਡੀ ਵਿਡੰਬਣਾ ਸਾਡੇ ਸੂਬੇ ਦੀ ਰਹੀ ਹੈ ਹੁਣ ਤੱਕ। ਅਤੇ ਕਾਂਗਰਸ ਨੇ ਲੰਮਾ ਸਮਾਂ ਭਾਰਤ ਦੇ ਵਿੱਚ ਰਾਜ ਕੀਤਾ, ਪੰਜਾਬ 'ਚ ਵੀ ਕਾਂਗਰਸ ਦੀਆਂ ਲੰਮਾ ਸਮਾਂ ਜਿਹੜੀਆਂ ਵਜ਼ਾਰਤਾਂ ਰਹੀਆਂ, ਕਿਉਂਕਿ ਅਕਾਲੀਆਂ ਦੀ ਕਦੇ ਵਜ਼ਾਰਤ ਬਣਦੀ ਸੀ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਸੀ ਅਤੇ ਧਾਰਾ 356 ਲਾ ਕੇ, ਅਤੇ ਸ਼ੁਕਰ ਹੈ ਕਿ ਕਾਨੂੰਨ ਥੋੜ੍ਹਾ ਜਿਹਾ ਜਾਗਿਆ, ਹੁਣ ਥੋੜ੍ਹਾ ਜਿਹਾ ਧੱਕਾ ਕਰਨ ਨੂੰ ਹਟੇ ਹੈ, ਲੇਕਿਨ ਹੁਣ ਵੀ ਨਿਰੰਤਰ ਜਾਰੀ ਹੈ ਜੋ ਕੁਛ ਜੰਮੂ ਕਸ਼ਮੀਰ 'ਚ ਹੋਇਆ ਕੇਂਦਰ ਕਰਦੀ ਹੈ। ਲੇਕਿਨ ਪਾਣੀਆਂ ਦੇ ਮੁੱਦੇ ਦੇ ਉੱਤੇ ਜੇ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਸਾਡਾ ਹੱਕ ਹੈ, ਲੈ ਲਓ ਹੱਕ, ਜਿਹਦੇ ਕਾਨੂੰਨ ਅਨੁਸਾਰ ਹੱਕ ਹੈ, ਤੁਹਾਨੂੰ ਕਿਹਨੇ ਕਿਹਾ ਸੀ ਵੱਖ ਹੋ ਜਾਓ ਪੰਜਾਬ ਤੋਂ? ਜਿਹੜੇ ਮਹਾਂ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਹਿਮਾਚਲ ਦਾ ਕਿੱਡਾ ਵੱਡਾ ਏਰੀਆ ਸੀ, ਹਰਿਆਣਾ ਉਹਦੇ 'ਚੋਂ ਨਿਕਲਿਆ, ਰਾਜਸਥਾਨ ਦੇ ਕਿੱਡੇ ਵੱਡੇ ਏਰੀਆ, ਪੰਜਾਬ ਮਹਾਂ ਪੰਜਾਬ ਤੋਂ ਪੰਜਾਬੀ ਸੂਬੇ ਤੱਕ ਲਿਆ ਕੇ ਖੜਾ ਕਰਤਾ ਰਾਜਨੀਤੀ ਨੇ, ਅਤੇ ਅੱਜ ਫਿਰ ਵੱਡੀ ਸੱਟ ਵੀ ਪੰਜਾਬ 'ਤੇ ਹੈ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਜੀ ਦੇਖੋ, ਜਿੱਥੋਂ ਤੱਕ ਪੰਜਾਬੀ ਸੂਬੇ ਦੀ ਗੱਲ ਹੈ, ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਅਕਾਲੀਆਂ ਦਾ ਬਹੁਤ ਵੱਡਾ ਰੋਲ ਹੈ, ਔਰ ਉਹਨਾਂ ਨੇ ਆਪਣਾ ਮਾਸਟਰ ਤਾਰਾ ਸਿੰਘ ਜੀ ਨੇ, ਸੰਤ ਫਤਿਹ ਸਿੰਘ ਜੀ ਨੇ ਬਹੁਤ ਵੱਡੇ ਮੋਰਚੇ ਚਲਾਏ ਨੇ ਜੀ, ਔਰ ਪੰਜਾਬੀ ਸੂਬੇ ਦੀ ਜਿਹੜੀ ਗੱਲ ਹੋ ਰਹੀ ਸੀ ਉਹ ਮਿਲਿਆ ਕਿ ਇੱਕ ਪੰਜਾਬੀ ਸੂਬੀ ਮਿਲ ਗਈ ਜਿਹਨੂੰ ਕਿਹਾ ਜਾਂਦਾ, ਬਹੁਤ ਛੋਟਾ ਜਿਹਾ ਏਰੀਆ ਜਿਹਦੇ ਵਿੱਚੋਂ ਹਿਮਾਚਲ ਦਾ ਵੱਡਾ ਏਰੀਆ ਔਰ ਹਰਿਆਣੇ ਦਾ ਇੱਕ ਵੱਡਾ ਏਰੀਆ ਜਿਹੜਾ ਉਹ ਕੱਟ ਦਿੱਤਾ ਗਿਆ। ਔਰ ਵਿਸ਼ੇਸ਼ ਤੌਰ 'ਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਜਾਬ ਦਾ ਜਿਹੜਾ ਮਹਾਂ ਪੰਜਾਬ ਸੀ ਉਹਦੇ ਵਿੱਚ ਇੰਡਸਟਰੀਅਲ ਏਰੀਆ ਸੀ, ਜਿਹੜਾ ਦਿੱਲੀ ਦੇ ਨਾਲ ਸਾਰੀ ਲੱਗਦਾ ਇਲਾਕਾ, ਕਰਨਾਲ,
ਪਾਣੀਪਤ ਵਗੈਰਾ ਜਿੱਥੇ ਇੰਡਸਟਰੀਅਲ ਤੋਂ ਜਿਹੜਾ ਏਰੀਏ ਦੇ ਵਿੱਚੋਂ ਸਾਨੂੰ ਬਹੁਤ ਸਾਰਾ ਪੈਸਾ ਮਿਲਣਾ ਸੀ, ਟੈਕਸ ਮਿਲਣਾ ਸੀਗਾ, ਔਰ ਸਾਡੀ ਉੱਥੋਂ ਦੇ ਬਹੁਤ ਵੱਡਾ ਇੱਕ ਨੁਕਸਾਨ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਪਿਛਲੇ 66 ਤੋਂ ਬਾਅਦ ਜਿਹੜਾ ਹੈਗਾ ਪੰਜਾਬ ਇੱਧਰਲੇ ਪੰਜਾਬ ਨੂੰ ਉਠਾਉਣਾ ਪਿਆ ਉਹ ਜੀ। ਉਹ ਇਸ ਕਰਕੇ ਕਿ ਸਾਡੀ ਜੋਬਸ ਜਿਹੜੀਆਂ ਨੇ ਅੱਜ ਅਸੀਂ ਸਾਡੀ ਇੰਡਸਟਰੀ ਇੱਥੋਂ ਖਤਮ ਹੋ ਗਈ, ਹਰਿਆਣੇ 'ਚ ਜਾ ਰਹੀ ਹੈ, ਕੋਈ ਹਿਮਾਚਲ 'ਚ ਜਾ ਰਹੀ ਹੈ, ਠੀਕ ਹੈ ਨਾ। ਉਸ ਕਰਕੇ ਮੈਨੂੰ ਲੱਗਦਾ ਕਿ ਇਸ ਪੰਜਾਬੀ ਸੂਬੇ ਦੀਆਂ ਜਿਹੜੀਆਂ ਅਕਾਲੀ ਦਲ ਨੇ ਬਹੁਤ ਇਸ ਲਈ ਬਣਾਇਆ ਸੀਗਾ ਕਿ ਸਾਡੀ ਸਰਕਾਰ ਇੱਥੇ ਬਣੇਗੀ। ਉਸ ਤੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਨਹੀਂ ਸੀ ਬਣ ਰਹੀ ਪੰਜਾਬ ਦੇ ਵਿੱਚ, ਕਿਉਂਕਿ ਮਹਾਂ ਪੰਜਾਬ ਹੋਣ ਕਰਕੇ ਕਾਂਗਰਸ ਸੀਟਾਂ ਵੱਧ ਲੈ ਕੇ ਜਾਂਦੀ ਸੀ। ਸੋ ਉਸ ਕਰਕੇ ਜਦੋਂ ਆਪਣੇ ਲਾਲਚ ਕਰਕੇ ਇਹਨਾਂ ਨੇ ਪੰਜਾਬੀ ਸੂਬਾ ਬਣਾਇਆ ਔਰ ਸਮਝੌਤਾ ਕੀਤਾ ਕੇਂਦਰ ਦੇ ਨਾਲ ਕਿ ਕੋਈ ਗੱਲ ਨਹੀਂ, ਜਿਹੜਾ ਦੇਣਾ ਦੇ ਦਿਓ, ਚਾਹੇ ਚੰਡੀਗੜ੍ਹ ਵੀ ਸਾਨੂੰ ਨਾ ਦਿਓ, ਚਾਹੇ ਤੁਸੀਂ ਪੰਜਾਬੀ ਬੋਲਦੇ ਇਲਾਕੇ ਉਹਦੇ 'ਚ ਛੱਡ ਦਿੱਤੇ ਗਏ। ਸੋ ਬੇਸ਼ੱਕ ਉਹਨਾਂ ਨੇ ਬਾਅਦ ਦੇ ਵਿੱਚ ਆਪਣੇ ਮੂਵਮੈਂਟਸ ਲੜੀਆਂ, ਪਰ ਕਿਉਂਕਿ ਉਹਨਾਂ ਨੇ ਅੰਦਰ ਖਾਤੇ ਉਹਨਾਂ ਨੂੰ ਸਮਝੌਤਾ ਹੋ ਚੁੱਕਿਆ ਸੀ ਕਾਂਗਰਸ ਨਾਲ ਕਿ ਕੋਈ ਗੱਲ ਨਹੀਂ, ਸਾਡੀ ਹੁਣ ਸਰਕਾਰ ਬਣਨ ਲੱਗੀ ਹੈ, ਇਸ ਕਰਕੇ ਅਸੀਂ ਬੇਸ਼ੱਕ ਉਹ ਉੱਪਰੋਂ ਉੱਪਰੋਂ ਲੜਦੇ ਸੀ ਆਪਸ, ਪਰ ਅੰਦਰੋਂ ਉਹਨਾਂ ਦਾ ਕਾਂਗਰਸ ਨਾਲ ਸਮਝੌਤਾ ਹੋ ਚੁੱਕਿਆ ਸੀਗਾ। ਇਸ ਕਰਕੇ SYL ਦਾ ਮੁੱਦਾ ਚੱਕਿਆ ਉਹਨਾਂ ਨੇ, ਔਰ ਇਹਦਾ ਖਮਿਆਜ਼ਾ ਕੀ ਭੁਗਤਣਾ ਪਿਆ ਪੰਜਾਬ ਨੂੰ ਕਿ 15 ਸਾਲ ਅੱਤਵਾਦ ਦਾ ਜਿਹੜਾ ਦੌਰ ਸੀ ਉਹ ਪੰਜਾਬ, ਉਹਦੇ ਵਿੱਚੋਂ ਜਿਹਦੇ ਵਿੱਚੋਂ ਧਰਮ ਯੁੱਧ ਮੋਰਚਾ ਲੜਿਆ ਗਿਆ, ਠੀਕ ਹੈ ਨਾ, ਉਸ ਪੰਜਾਬ ਦੇ ਵਿੱਚ ਉਸ ਧਰਮ ਯੁੱਧ ਮੋਰਚੇ ਦੇ ਵਿੱਚੋਂ ਹਜ਼ਾਰਾਂ ਸਾਡੇ ਜਿਹੜੇ ਸੀਗੇ ਸਿੱਖ ਨੌਜਵਾਨ ਉਹ ਸ਼ਹੀਦ ਹੋਏ, ਔਰ ਦਿੱਲੀ ਦੇ ਵਿੱਚ ਉਹ ਨਸਲਕੁਸ਼ੀ ਜਿਹੜੀ ਹੈਗੀ ਹੈ ਸਿੱਖਾਂ ਦੀ ਉਹ ਹੋਈ। ਉਹ ਸਾਰਾ ਇਸ ਚੀਜ਼ ਨਾਲ ਪਾਣੀ ਨਾਲ ਜੋੜ ਕੇ ਜਦੋਂ ਤੁਸੀਂ ਸਮਝਦੇ ਹੋ, ਉਸ ਧਰਮ ਯੁੱਧ ਮੋਰਚੇ ਨਾਲ ਜੋੜ ਕੇ ਸਮਝਦੇ ਹੋ, ਤਾਂ ਸਾਨੂੰ ਸਾਫ਼ ਨਜ਼ਰ ਆਉਂਦਾ ਕਿ ਪਾਰਟੀਆਂ ਕਿਵੇਂ ਆਪਸ 'ਚ ਪੰਜਾਬੀਆਂ ਨੂੰ ਲੜਾ ਕੇ, ਆਮ ਲੋਕਾਂ ਨੂੰ ਲੜਾ ਕੇ ਕਿਵੇਂ ਆਪਣਾ ਰਾਜ ਭਾਗ ਜਿਹੜਾ ਹੈਗਾ ਉਹ ਕਰਦੀਆਂ ਰਹੀਆਂ ਨੇ। ਅੱਜ ਵੀ ਜਿਵੇਂ ਤੁਸੀਂ ਇਸ਼ਾਰਾ ਕੀਤਾ ਸੀਗਾ ਕਿ ਚੰਡੀਗੜ੍ਹ ਦਾ ਹੱਕ ਵੀ ਉਹਨਾਂ ਨੇ ਛੱਡਤਾ, ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਹੱਕ ਛੱਡਤਾ, ਇਸ ਲਈ ਪਾਣੀਆਂ ਦਾ ਹੱਕ ਤਾਂ ਪਹਿਲਾਂ ਹੀ ਛੱਡ ਚੁੱਕੇ ਨੇ ਉਹ ਕਿ SYL ਦੀ ਹੁਣ ਲੋੜ ਹੀ ਨਹੀਂ ਹੈ। ਹੁਣ ਤੁਸੀਂ ਜਿਵੇਂ ਜੋਗਾ ਸਿੰਘ ਜੀ ਨੇ ਇਸ਼ਾਰਾ ਕੀਤਾ ਕਿ ਹੁਣ ਦੂਜਾ ਜਿਹੜਾ ਰਿਪੇਅਰਿੰਗ ਲਾਅ ਦੀ ਕੋਈ ਲੋੜ ਹੀ ਨਹੀਂ ਹੈ, ਉਹ ਹੀ ਕਹਿਣਾ ਚਾਹੁੰਦੇ ਨੇ। ਸੋ ਡਾਇਰੈਕਟੋਰੇਟ ਬਣਾ ਦਿਓ, ਫਲਾਣਾ ਬਣਾ ਦਿਓ, ਕਮਿਸ਼ਨ ਬਣਾ ਦਿਓ, ਠੀਕ ਹੈ ਨਾ, ਉਸ 'ਤੇ ਸਾਨੂੰ ਲਿਆਉਣਾ ਚਾਹੁੰਦੇ ਨੇ। ਇਹਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਜਿਹੜੀ ਹੈਗੀ ਹੈ ਖੇਤੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ। ਖੇਤੀ ਵਿਭਿੰਨਤਾ ਤਾਂ ਆਏਗੀ ਕਿਉਂਕਿ 66 ਤੋਂ 65 ਤੋਂ ਬਾਅਦ ਜਦੋਂ ਗਰਹਰਾ ਇਨਕਲਾਬ ਤੋਂ ਪਹਿਲਾਂ ਪੰਜਾਬ ਖੇਤੀ ਵਿਭਿੰਨਤਾ ਕਰਦਾ ਰਿਹਾ ਆਲਰੇਡੀ, ਬਹੁਤ ਸਾਰੇ ਉਹਨੇ ਸਾਰੀਆਂ ਫਸਲਾਂ ਸਾਡੇ ਕੋਲ, ਗੰਨਾ ਸਾਡੇ ਕੋਲ, ਕਮਾਦ ਸਾਡੇ ਕੋਲ, ਟਮਾਟਰ ਅਸੀਂ ਫਸਲਾਂ ਬਹੁਤ ਸਾਰੀਆਂ ਬੀਜਦੇ ਸੀਗੇ। ਤੁਸੀਂ ਅੱਜ ਦੇਖੋ ਕੋਸ਼ਿਸ਼ ਕਰਕੇ ਕਿ ਪੰਜਾਬ ਦੇ ਕਿਸਾਨਾਂ ਨੇ ਟਮਾਟਰ ਬੀਜੇ, ਗੰਨਾ ਬੀਜਿਆ, ਅੱਜ ਤੱਕ ਉਹਨਾਂ ਦਾ ਬਕਾਇਆ ਨਹੀਂ ਮਿਲਿਆ, ਸੜਕਾਂ ਤੇ ਰੁੜ ਗਿਆ, ਸੜਕਾਂ ਤੇ ਰੁੜ ਗਿਆ, ਮੁੱਲ ਨਹੀਂ ਮਿਲਿਆ। ਇਸ ਲਈ ਨਹੀਂ ਕਿ ਪੰਜਾਬ ਦਾ ਕਿਸਾਨ ਖੇਤੀ ਵਿਭਿੰਨਤਾ ਨਹੀਂ ਚਾਹੁੰਦਾ, ਪੰਜਾਬ ਦਾ ਕਿਸਾਨ ਖੇਤੀ ਵਿਭਿੰਨਤਾ ਚਾਹੁੰਦਾ ਹੈ, ਪਰ ਕਿਉਂਕਿ ਉਹਦੇ ਲਈ ਮਾਰਕੀਟਿੰਗ ਕੋਈ ਉਹਨਾਂ ਕੋਲੇ ਅਲਟਰਨੇਟ ਕੋਈ ਨਹੀਂ, ਸਰਕਾਰ ਜ਼ਿੰਮੇਵਾਰੀ ਨਹੀਂ ਚੁੱਕਦੀ। ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦਾ ਕਿਸਾਨ ਇਸ ਵੇਲੇ ਮਾਰਕੀਟਿੰਗ ਨਾ ਹੋਣ ਕਰਕੇ ਔਰ ਪਾਣੀ ਦੀ ਸਮੱਸਿਆ ਕਰਕੇ ਬਹੁਤ ਵੱਡੇ ਡੂੰਘੇ ਸੰਕਟ ਦੇ ਵਿੱਚੋਂ ਪੰਜਾਬ ਦਾ ਜਿਹੜਾ ਕਿਸਾਨੀ ਆ ਖਾਸ ਤੌਰ 'ਤੇ ਉਹ ਜਾ ਰਹੀ ਹੈ। ਜੀ ਜੋਗਾ ਸਿੰਘ ਜੀ, ਕਿਉਂਕਿ ਤੁਹਾਡੇ ਹਲਕੇ ਨਾਲ ਸੰਬੰਧਿਤ ਗੱਲ ਕਹੂੰਗਾ ਵੱਡੀ, ਬੇਸ਼ੱਕ ਵੱਡਾ ਮੋਰਚਾ ਵੀ ਕਪੂਰੀ ਦਾ ਤੁਹਾਡੇ ਹਲਕੇ ਘਨੌਰ 'ਚੋਂ ਹੀ ਲੱਗਿਆ ਸੀ, ਅਤੇ ਘਨੌਰ ਦੇ ਵਿੱਚ ਨੂੰ ਲੰਘਦਾ ਘੱਗਰ ਦਰਿਆ, ਬਿਲਕੁਲ ਵੱਡਾ, ਅਤੇ ਘੱਗਰ ਦਰਿਆ ਦੇ ਉੱਤੇ ਰਾਜਨੀਤੀ ਹੁੰਦੀ ਰਹੀ ਹੈ ਹੁਣ ਤੱਕ, ਪੰਜਾਬ ਦੀ ਵੱਡੀ ਰਾਜਨੀਤੀ ਫੋਕਸ ਕਰਦੀ ਰਹੀ ਹੈ। ਲੀਡਰ ਇੱਥੋਂ ਤੱਕ ਕਹਿੰਦੇ ਰਹੇ ਹੈ ਕਿ ਘੱਗਰ ਦੇ ਬਿੰਗ ਵਾਲ ਕੱਢ ਦਿਆਂਗੇ, ਘੱਗਰ ਦੇ ਬਿੰਗ ਵਾਲ ਤਾਂ ਨਿਕਲੇ ਨਹੀਂ, ਹਜ਼ਾਰਾਂ ਕਰੋੜਾਂ ਰੁਪਇਆ ਲੱਗ ਗਿਆ ਉੱਥੇ, ਲੋਕਾਂ ਦੇ ਬਿੰਗ ਵਾਲ ਹਰ ਛਮਾਹੀ ਉਹ ਕੱਢਦਾ। ਕੀ ਕਹਿਣਾ ਚਾਹੁੰਦੇ ਹੋ, ਲੋਕ ਜਿਹੜੇ ਪੋਲੀਟੀਕਲ ਪਾਰਟੀਆਂ ਸਾਰੀਆਂ ਰਾਜਨੀਤੀ ਉਹ ਕਰ ਰਹੀਆਂ, ਲੋਕਾਂ ਦਾ ਬੁੱਧੂ ਬਣਾ ਰਹੀਆਂ। ਸਾਹਿਬ ਜਿਹੜਾ ਘੱਗਰ ਹੈ ਨਾ ਜੀ, ਇਹ ਲੋਕਾਂ ਜਿਹੜੇ ਲੀਡਰ ਹੈ, ਲੀਡਰਾਂ ਦੀ ਇੱਕ ਮਤਲਬ ਕਾਮ ਤੇ ਨਗਊ ਹੈ ਜੀ, ਆਪਾਂ ਕਹਿੰਦੇ ਹਾਂ ਨਾ ਕਾਮ ਤੇ ਨਗਊ ਪੈਸਾ ਦਿੰਦੀ ਹੈ ਜੀ, ਅਤੇ ਲੀਡਰਾਂ ਲਈ ਇਹ ਇਹੋ ਜਿਹਾ ਉਹ ਹੈ, ਇਲੈਕਸ਼ਨ ਦੇ ਵਿੱਚ ਇਹ ਲੋਕ ਲੀਡਰ ਇਹਨਾਂ ਨੂੰ ਚੋਣ ਮੁੱਦਾ ਬਣਾ ਕੇ ਵੋਟਾਂ ਲੈਂਦੇ ਹੈ ਜੀ ਜੀ। ਜਦੋਂ ਫਲੱਡ ਆਉਣਾ ਹੁੰਦਾ
ਉਹ ਤੋਂ ਪਹਿਲਾਂ 100 ਥੈਲਾ ਮਿੱਟੀ ਦਾ ਜਾਂ ਰੇਤੇ ਦਾ ਲਾ ਕੇ ਬੰਨ ਬਣਾ ਦਿੰਦੇ ਹਾਂ ਜੀ ਜੀ, ਬਿੱਲ ਪਾ ਦਿੰਦੇ ਹਾਂ 1 ਕਰੋੜ ਰੁਪਏ ਦਾ। ਉਹ ਤੋਂ ਬਾਅਦ ਕਹਿੰਦੇ ਹਾਂ ਜੀ ਫਲੱਡ ਆਇਆ, ਇਹ ਥੈਲੇ ਜੀ ਹੜ ਗਏ, ਮਿੱਟੀ ਉਹ ਆ ਗਈ। ਉਹ ਤੋਂ ਬਾਅਦ ਪਿੱਛੋਂ ਘੱਗਰ ਦਾ ਆਉਣਾ ਹੁੰਦਾ, ਉਹ ਆਪਣੇ ਆਪ ਭਰ ਜਾਂਦਾ ਜੀ। ਤੇ ਲੀਡਰਾਂ ਨੇ ਜੀ ਇਹ ਮੁੱਦਾ ਬਣਾ ਰੱਖਿਆ ਜੀ। ਸਾਡੇ ਤਾਂ ਜੀ ਘਨੌਰ ਤੋਂ ਜਦੋਂ ਤੁਸੀਂ ਬਾਇਆ ਕਪੂਰੀ ਨੂੰ ਜਾਣਾ ਹੁੰਦਾ, ਘੱਗਰ ਦਾ ਇੱਕ ਪੁਲ ਟੁੱਟਿਆ ਹੋਇਆ, ਪਿਛਲੇ 10 ਸਾਲਾਂ ਤੋਂ ਨਹਿਰ ਦਾ ਪੁਲ ਟੁੱਟਿਆ ਹੋਇਆ, ਉਹ ਨਹੀਂ ਬਣਿਆ, ਬਾਇਆ SYL ਦੇ ਪੁਲ ਤੈਨੂੰ ਜਾਣਾ ਪੈਂਦਾ ਜੀ। ਮੈਂ ਇੱਕ ਪੁਰਾਣੇ ਸਮੇਂ ਦੀ ਗੱਲ ਧਿਆਨ ਦਿਵਾਉਣਾ, ਪ੍ਰਤਾਪ ਸਿੰਘ ਕੈਰੋਂ ਜਦੋਂ ਰਾਜਸਥਾਨ ਦੇ ਨਹਿਰ ਦਾ ਉਦਘਾਟਨ ਕਰਕੇ ਆਏ ਜੀ ਜੀ ਚੰਡੀਗੜ੍ਹ ਆਏ, ਤਾਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੈਰੋਂ ਸਾਹਿਬ ਤੁਸੀਂ ਅੱਜ ਪੰਜਾਬ ਦਾ ਸੋਨਾ ਰਾਜਸਥਾਨ ਨੂੰ ਦੇ ਆਏ ਜੀ, ਤਾਂ ਉਹਨਾਂ ਕੋਲ ਹੋਰ ਕੋਈ ਸਵਾਲ ਨਾ ਆਇਆ। ਕਹਿੰਦਾ ਜੀ ਮੈਂ ਤਾਂ ਨਹਿਰ ਦਿੱਤੀ ਆ ਰਾਜਸਥਾਨ ਨੂੰ ਵੀ ਸਾਡੇ ਪੰਜਾਬੀ ਰਾਜਸਥਾਨ ਜਾਣਗੇ, ਨੇੜੇ ਨੇੜੇ ਜ਼ਮੀਨਾਂ ਆਬਾਦ ਹੋਣਗੀਆਂ ਜੀ, ਵੀ ਪੰਜਾਬੀ ਉੱਥੇ ਆਬਾਦ ਹੋਣਗੇ ਜੀ। ਇਹ ਦੂਜੇ ਦਿਨ ਹੈਡਲਾਈਨ ਬਣੀ ਖਬਰਾਂ ਜੀ। ਰਾਜਸਥਾਨ ਦੀ ਗੌਰਮੈਂਟ ਨੇ ਜਦੋਂ ਖਬਰ ਪੜ੍ਹੀ ਕਿ ਪੰਜਾਬੀ ਰਾਜਸਥਾਨ ਨਾ ਜਾਣ, ਤਾਂ ਉਹਨਾਂ ਨੇ ਬੈਨ ਲਾ ਦਿੱਤਾ ਕਿ ਰਾਜਸਥਾਨ ਚ ਕੋਈ ਬਾਹਰਲਾ ਬੰਦਾ ਨਹੀਂ ਲੈ ਸਕਦਾ, ਜ਼ਮੀਨ ਨਹੀਂ, ਹਿਮਾਚਲ ਚ ਨਹੀਂ ਖਰੀਦ ਸਕਦਾ, ਕੱਲਾ ਪੰਜਾਬ ਹੀ ਖੁੱਲੀ ਮੰਡੀ ਆ, ਪੰਜਾਬ ਹੈ, ਪੰਜਾਬ ਦਾ ਪਾਣੀ ਵੀ ਲੁੱਟ ਸਕਦੇ ਆ, ਪੰਜਾਬ ਚ ਜ਼ਮੀਨਾਂ ਵੀ ਖਰੀਦ ਸਕਦੇ ਆ। ਹੁਣ ਦੇਖੋ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਪੰਜਾਬ ਨੂੰ ਸਾਰਾ ਕੁਝ ਲੁੱਟ ਰਿਹਾ ਜੀ, ਲੇਕਿਨ ਅੱਜ ਨਰਿੰਦਰ ਮੋਦੀ ਜੀ ਨੇ ਅਟਲ ਯੋਜਨਾ ਬਣਾਈ ਹੈ, ਅਟਲ ਜਲ ਯੋਜਨਾ, ਉਹਦੇ ਵਿੱਚ ਰਾਜਸਥਾਨ ਦਾ ਨਾਂ ਵੀ ਹੈ, ਹਰਿਆਣੇ ਦਾ ਵੀ ਹੈ, ਪੰਜਾਬ ਨੂੰ ਕੱਢਤਾ ਜੀ। 6,000 ਕਰੋੜ ਦੀ ਉਹ ਯੋਜਨਾ, ਪੰਜਾਬ ਪਾਣੀ ਕੰਨੀ ਉਹ ਟ੍ਰਿਬਿਊਨ, ਪੰਜਾਬ ਨੂੰ ਲੁੱਟਣਾ, ਪੰਜਾਬ ਨੂੰ ਲੁੱਟਣਾ ਜੀ ਜੀ। ਹੁਣ ਮੇਰੇ ਕਹਿਣ ਦਾ ਭਾਵ ਇਹ ਹੈ, ਲੇਕਿਨ ਇੱਕ ਮੈਂ ਬੇਨਤੀ, ਸਾਡੇ ਭੀਮਿੰਦਰ ਜੀ ਬੈਠੇ ਆ ਆਮ ਆਦਮੀ ਪਾਰਟੀ ਦੇ, ਪਿੱਛੇ ਜੇ ਮੈਂ ਖਬਰ ਪੜ੍ਹੀ ਸੀ ਕਿ ਹਿਮਾਚਲ ਨੇ ਇੱਕ ਸਮਝੌਤਾ ਕੀਤਾ ਦਿੱਲੀ ਸਰਕਾਰ ਨਾਲ, 21 ਕਰੋੜ ਰੁਪਈਆ ਕੁਛ ਇਹਨਾਂ ਨੇ ਦੇਣਾ ਜਾਂ ਕਿੰਨਾ ਪਾਣੀ ਦਾ, ਇਸ ਤਰ੍ਹਾਂ ਹੀ ਕੁਛ ਹਰਿਆਣੇ ਦਾ, ਕਿ ਥੋੜਾ ਜਿਹਾ ਪੈਸਾ ਬਣਦਾ ਜੇ ਦਿੱਲੀ ਸਰਕਾਰ ਪੰਜਾਬ ਦਾ ਜੋ ਬਣਦਾ ਦੇ ਦੇਵੇ, ਜੇਕਰ ਉਹ ਥੋੜਾ ਜਿਹਾ ਪੈਸਾ ਜਿੰਨਾ ਬਣਦਾ ਦੇ ਦੇਵੇ, ਤਾਂ ਰਾਜਸਥਾਨ ਤੋਂ ਜਿਹੜਾ 1500-1600 ਕਰੋੜ ਰੁਪਈਆ ਲੈਣਾ, ਉਹ ਲੈਣ ਦਾ ਰਸਤਾ ਖੁੱਲ ਸਕਦਾ ਜੀ। ਜੇ ਉਹ ਥੋੜਾ ਪੈਸਾ ਤੁਸੀਂ ਨਵੀਂ ਪਿਰਤ ਪੈ ਸਕਦੀ ਹੈ, ਜੇ ਆਪਾਂ ਭੀਮਿੰਦਰ ਜੀ ਤੋਂ ਪੁੱਛ ਲੈਣੇ, ਹਾਂ ਜੇ ਉਹ ਪੈਸਾ ਮਿਲ ਜਾਵੇ ਜੀ, ਤਾਂ ਪੰਜਾਬ ਦਾ ਕਰਜ਼ਾ ਵੀ ਉਤਰ ਜਾਏਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਕਹਿਣਗੇ, ਕਿਉਂਕਿ ਉਹ ਵੀ ਕਾਂਗਰਸ ਦੀ ਸਰਕਾਰ ਹੈ, ਉਰੇ ਵੀ ਕਾਂਗਰਸ ਜੀ ਜੀ ਜੀ। ਮੈਂ ਇੰਨੀ ਭੀਮਿੰਦਰ ਜੀ, ਮੈਂ ਬੇਸ਼ੱਕ ਤੁਸੀਂ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਹੋ, ਵਧੀਆ ਤੁਸੀਂ ਨੌਲੇਜ ਰੱਖਦੇ ਹੋ ਇਹਨਾਂ ਮੁੱਦਿਆਂ 'ਤੇ, ਵਿਅਕਤੀਗਤ ਤੌਰ 'ਤੇ ਜੇ ਰਾਇਲਟੀ ਦੀ ਆਪਾਂ ਗੱਲ ਕਰਦੇ ਹਾਂ, ਜੇ ਅਸੀਂ ਪੱਥਰ ਖਰੀਦਣਾ ਉਹਦੇ ਰਾਇਲਟੀ ਆਪਾਂ ਦਿੰਦੇ ਹਾਂ ਪੰਜਾਬ ਵਾਲੇ, ਜੇ ਅਸੀਂ ਕੋਲਾ ਖਰੀਦੀ ਹੈ ਸਰਕਾਰ ਦਾ ਉਹਦੇ ਰਾਇਲਟੀ ਦੇ ਕੇ ਆਉਂਦੇ ਹਾਂ, ਜੇ ਅਸੀਂ ਹਿਮਾਚਲ ਤੋਂ ਫਰੂਟ ਜਾਂ ਵੈਜੀਟੇਬਲ ਖਰੀਦਦੇ ਉਹਦੇ ਰਾਇਲਟੀ ਅਸੀਂ ਦਿੰਦੇ ਹਾਂ, ਫਿਰ ਪੰਜਾਬ ਸੂਬੇ ਨਾਲ ਹੀ ਮਤਰੇਈ ਮਾਨ ਵਾਲਾ ਸਲੂਕ ਕਿਉਂ? ਜੇ ਤੁਸੀਂ ਵਿਅਕਤੀ ਤੌਰ 'ਤੇ ਸਮਝਦੇ ਹੋ, ਕੀ ਤੁਸੀਂ ਕਹਿਣਾ ਚਾਹੋਗੇ ਕਿ ਰਾਇਲਟੀ ਸਾਨੂੰ ਮਿਲਣੀ ਚਾਹੀਦੀ ਹੈ? ਮੈਂ ਇਹ ਵੀ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਜੇ ਦਿੱਲੀ ਦੇ ਵਿੱਚ ਪਾਣੀਆਂ ਦੇ ਉੱਤੇ, ਖਾਸ ਤੌਰ 'ਤੇ ਯਮੁਨਾ ਦਾ ਜਿਹੜਾ ਪਾਣੀ ਹੈ ਜੀ, ਉਹਦੇ ਉੱਤੇ ਟ੍ਰਿਬਿਊਨਲ ਬਣਾਉਣ ਦਾ, ਉਹਨੂੰ ਸਾਫ਼ ਸਫਾਈ ਦਾ ਕੰਮ ਜੇ ਸਭ ਤੋਂ ਵੱਧ ਕੋਈ ਇਮਾਨਦਾਰੀ ਨਾਲ ਕਿਸੇ ਸਰਕਾਰ ਨੇ ਕੀਤਾ ਪਿਛਲੇ 5 ਸਾਲਾਂ ਦੇ ਦੌਰਾਨ, ਉਹ ਕੇਜਰੀਵਾਲ ਦੀ ਸਰਕਾਰ ਹੈ। ਉਹ ਮੰਨ ਲਿਓ, ਨਹੀਂ ਭੀਮਿੰਦਰ ਜੀ, ਉਹ ਮੈਂ ਮੰਨ ਗਿਆ, ਨਹੀਂ ਮੈਂ ਰੋਕੂੰਗਾ ਤੁਹਾਨੂੰ ਭੀਮਿੰਦਰ ਜੀ, ਇਹ ਤੁਹਾਡਾ ਚੋਣ ਮੈਨੀਫੈਸਟੋ ਦਾ ਹਿੱਸਾ, ਮੈਂ ਉੱਥੇ ਬੋਲਣਾ ਨਹੀਂ ਚਾਹੁੰਦਾ, ਮੈਂ ਸਿਰਫ ਇੱਕ ਕੁਐਸਚਨ ਲੈਣਾ ਤੁਹਾਡੇ ਤੋਂ। ਨਹੀਂ 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 ਭੀਮਿੰਦਰ ਜੀ, ਇੱਦਾਂ ਨਹੀਂ, ਜੋ ਜੋਗਾ ਸਿੰਘ ਕਹਿ ਰਹੇ ਜੇ ਹਿਮਾਚਲ ਨਾਲ ਕਰਾਰ ਕੀਤਾ, ਉਹੀ ਕਰਾਰ ਜੇ ਤੁਸੀਂ ਪੰਜਾਬ ਨਾਲ ਕਰ ਲਓ ਤਾਂ ਰਾਹ ਸਾਫ਼ ਹੋ ਜੂਗਾ। ਜੋ ਸਿਮਰਨਜੀਤ ਬੈਂਸ ਲੜਾਈ ਲੜ ਰਿਹਾ, ਉਹ ਲੜਾਈ ਨੂੰ ਬਲ ਮਿਲ ਸਕਦਾ, ਉਹ ਇਹ ਗੱਲ ਕਹਿਣਾ ਚਾਹੁੰਦੇ ਹੋ, ਉਹਦੇ ਬਾਰੇ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦੇ। ਆਮ ਆਦਮੀ ਪਾਰਟੀ ਲਾਜ਼ਮੀ ਤੌਰ 'ਤੇ ਜੇ ਉਹ ਹਿਮਾਚਲ ਨਾਲ, ਹਰਿਆਣੇ ਨਾਲ ਕੋਈ ਸਮਝੌਤਾ ਕਰਦੀ ਹੈ, ਤਾਂ ਪੰਜਾਬ ਦੇ ਨਾਲ ਜੋ ਸਮਝੌਤਾ ਹੋਏਗਾ, ਲਾਜ਼ਮੀ ਤੌਰ 'ਤੇ ਜੋ ਬਣਦਾ ਹੱਕ ਹੈ ਪੰਜਾਬ ਦਾ, ਉਹ
ਕੇਜਰੀਵਾਲ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਜ਼ਰੂਰ ਦੇਗੀ। ਜੀ 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 ਤੁਹਾਡਾ ਧੰਨਵਾਦ, ਜੀ ਧੰਨਵਾਦ ਤੁਹਾਡਾ। ਆਖਰ ਦੇ ਵਿੱਚ ਕਿਉਂਕਿ ਸਮਾਂ ਮੇਰੇ ਕੋਲ ਆ ਗਿਆ ਨਹੀਂ ਦਿੰਦਾ ਵੜੈ ਸਾਹਿਬ, ਕਿਉਂਕਿ ਮੁੱਦਾ ਬੜਾ ਲੰਬਾ, ਭਾਵੇਂ ਆਪਾਂ 2 ਘੰਟੇ ਹੋਰ ਇਹ 'ਤੇ ਚਰਚਾ ਕਰ ਸਕਦੇ ਹਾਂ। ਇੱਕ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਤੁਹਾਡੇ ਜ਼ਿਹਨ 'ਚ ਹੋਏਗੀ। ਯੂਨਾਈਟਿਡ ਨੇਸ਼ਨ ਦੇ ਵਿੱਚ ਬਹਿ ਕੇ ਇੱਕ 16 ਸਾਲਾ ਲੜਕੀ ਗ੍ਰੇਟਾ ਨੇ ਇਨਵਾਇਰਮੈਂਟ ਅਤੇ ਪਾਣੀਆਂ ਦੀ ਗੱਲ ਕਰੀ ਸੀ ਇੰਟਰਨੈਸ਼ਨਲ ਲੈਵਲ 'ਤੇ। ਅਸੀਂ ਸੂਬੇ ਦੀ ਗੱਲ ਕਰ ਰਹੇ ਹਾਂ, ਅਸੀਂ ਪੰਜਾਬ ਦੇ ਆਪਣੇ ਜਿਹੜਾ ਪਿਤਰੀ ਸੂਬਾ ਉਹਦੀ ਗੱਲ ਕਰ ਰਹੇ ਹਾਂ ਜਿੱਥੇ ਅਸੀਂ ਰਹਿੰਦੇ ਹਾਂ। ਜੇ ਇੰਟਰਨੈਸ਼ਨਲ ਲੈਵਲ 'ਤੇ ਵੀ ਇਨਵਾਇਰਮੈਂਟ ਦੀ ਗੱਲ ਹੈ, ਪਾਣੀਆਂ ਦੇ ਮੁੱਦੇ ਦੀ ਗੱਲ ਹੈ, ਤਾਂ ਫਿਰ ਸਾਡੇ ਸੂਬੇ ਨਾਲ ਤਾਂ ਧੱਕਾ ਬਹੁਤ ਵੱਡੇ ਪੱਧਰ 'ਤੇ ਹੋ ਰਿਹਾ। ਅਤੇ UN ਦੇ ਵਿੱਚ ਖੜ੍ਹ ਕੇ 16 ਸਾਲਾ ਲੜਕੀ ਦਾ ਕਿਹਾ ਸ਼ਬਦ ਕਨੇਡਾ, ਅਮਰੀਕਾ, ਯੂਰਪੀਅਨ ਕੰਟਰੀਆਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਰਾਜਨੀਤੀ ਦਾ ਹਿੱਸਾ ਬਣ ਗਿਆ, ਅਤੇ ਸਾਡੇ ਇੱਥੇ ਕੀ ਹੈ? ਅਕਿਰ ਸਾਹਿਬ, ਤੁਸੀਂ ਬਹੁਤ ਉਸ ਬਿੰਦੂ 'ਤੇ ਲੈਣ ਦੀ ਇਹ ਗੱਲ ਜਿੱਥੇ ਮੇਰੇ ਮਨ ਦੇ ਵਿੱਚ ਨਾ ਚੱਲਦੀ ਪਈ ਸੀ। ਜੀ ਜੀ ਜੀ, ਅਸੀਂ ਇਤਿਹਾਸ ਤੇ ਤੱਥਾਂ ਤੇ ਬਿਆਨਾਂ ਤੇ ਉੱਤੇ ਜਾਂਦੇ ਹਾਂ। ਜੀ ਜੀ, ਮੈਨੂੰ ਲੱਗਦਾ ਹੈ ਕਿ ਇਹ ਸਾਰੇ ਸਮੇਂ ਲੰਘ ਗਏ ਹੋਏ। ਜੀ ਜੀ ਜੀ, ਇਸ ਵਕਤ ਕਿਉਂਕਿ ਸਰਕਾਰਾਂ ਨੇ, ਜੀ ਜੀ, ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕਿਉਂਕਿ ਸਰਕਾਰ ਕਹਿੰਦੇ ਜੇ ਸੱਤ ਜਿਹੜਾ ਡਾਢੇ ਦਾ ਸੱਤੀ ਵੀ ਸੌ। ਜੀ ਜੀ ਜੀ, ਵੀ ਸਾਨੂੰ ਕਿਰਪਾ ਕਰਕੇ ਧਰਮਯੁੱਧ ਮੋਰਚਾ, ਰੈਲੀਆਂ, ਪ੍ਰਦਰਸ਼ਨ, ਸੜਕ ਬੰਦ ਕਰਨੀ ਆ, ਰੇਲਵੇ ਬੰਦ ਕਰਨੀ ਆ, ਪੰਜਾਬ ਬੰਦ ਕਰਨਾ, ਇੱਥੋਂ ਸਾਨੂੰ ਬਚਾਓ ਜੀ। ਤੇ ਇਸ ਵਕਤ ਸਾਡੇ ਕਿਸੇ ਟ੍ਰਿਬਿਊਨਲਾਂ ਦੇ ਵਿੱਚ ਕਮਿਸ਼ਨਾਂ 'ਚ ਨਾ ਪਵੋ, ਕਮਿਸ਼ਨ ਵੇਖ ਚੁੱਕੇ ਹਾਂ, ਕਮਿਸ਼ਨ ਜਦੋਂ ਬਣਦਾ ਹੈ ਸਰਕਾਰਾਂ ਚਾਹੁੰਦੀਆਂ ਕਿ ਸਾਡਾ ਟਾਈਮ ਲੰਘ ਜੇ, ਅਗਲਾ ਵੇਖੀ ਜਾਊਗਾ। ਸੁਪਰੀਮ ਕੋਰਟ ਨੇ ਬਿਲਕੁਲ ਠੀਕ ਕਿਹਾ ਕਿ ਇਕੱਠੇ ਬੈਠ ਕੇ ਮਸਲਾ ਹੱਲ ਕਰ ਲਓ, ਔਰ ਮਸਲੇ ਬੈਠ ਕੇ ਹੀ ਹੱਲ ਹੋਣੇ ਆ, ਕਿਉਂਕਿ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਜਾਂ ਕੋਈ ਫੈਸਲਾ ਆਉਣਾ ਤਾਂ ਫਿਰ ਪੋਲੀਟੀਕਲ ਇਸ਼ੂ ਬਣ ਜਾਣਾ। ਔਰ ਸਾਡੀ ਬੇਨਤੀ ਆ ਕਿ ਇਸ ਵਕਤ ਸਾਨੂੰ ਕਮਿਸ਼ਨਾਂ 'ਚੋਂ ਕੱਢੋ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਨਹੀਂ ਰਹਿ ਗਿਆ ਕਿ ਅਸੀਂ ਤੁਹਾਡੀਆਂ ਰੈਲੀਆਂ 'ਚ ਆ ਕੇ ਨਾਰੇ ਲਾਈਏ, ਅਸੀਂ ਸੜਕਾਂ ਦੇ ਉੱਤੇ ਬੈਠ ਕੇ ਲੰਮੇ ਲੰਮੇ ਲੰਗਰ ਲਾਈਏ ਤੇ ਨਾਰੇ ਲਾਈਏ। ਜੀ ਜੀ, ਇਸ ਵਕਤ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੈ, ਨੌਜਵਾਨ ਜਿਹੜਾ ਉਹ ਬਿਲਕੁਲ ਹਤਾਸ਼ ਹੋਇਆ ਪਿਆ ਜੀ, ਔਰ ਕਿਤੇ ਇਹ ਨਾ ਹੋਵੇ ਕਿ ਲੋਕੀ ਅੱਕੇ ਜਿਹੜੇ ਆ ਉਹ ਤੁਹਾਡੇ ਗਲਾਂ ਨੂੰ ਪੈਣੇ ਸ਼ੁਰੂ। ਜੀ 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 ਜੀ, ਭੀਮਿੰਦਰ ਜੀ, ਸੰਖੇਪ 'ਚ ਕੀ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ? ਪਾਣੀਆਂ ਦੇ ਮੁੱਦੇ ਦੇ ਉੱਤੇ, ਪਾਣੀਆਂ ਦਾ ਹੱਕ ਪੰਜਾਬੀਆਂ ਦਾ, ਪੰਜਾਬ ਦਾ, ਖੋਇਆ ਨਾ ਜਾਵੇ, ਸੰਖੇਪ 'ਚ ਕੀ ਕਹਿਣਾ? ਬਿਲਕੁਲ, ਮੈਂ ਜਿਵੇਂ ਤੁਸੀਂ ਗ੍ਰੇਟਾ ਦੀ ਗੱਲ ਕੀਤੀ ਹੈ, ਬੇਟੀ ਛੋਟੀ ਜੀ 13-14 ਸਾਲ ਦੀ ਬੇਟੀ ਹੈ ਉਹ, ਔਰ ਬਾਰ ਬਾਰ ਉਹਨੇ ਦੁਬਾਰਾ ਵੀ ਕਿਹਾ ਜੀ ਜੀ ਕਿ ਤੁਸੀਂ ਸਾਡੀਆਂ, ਉਹਨੇ ਅਵਾਰਡ ਲੈਣਾ ਵੀ ਮਨਾ ਕਰਤਾ ਸੀ। ਹਾਂਜੀ ਹਾਂ, ਉਹ ਨਾਮ ਵੀ ਕੀਤਾ, $55,000 ਦਾ ਅਵਾਰਡ ਉਹਨੂੰ ਮਿਲ ਰਿਹਾ ਸੀ, ਉਹਨੇ ਇਹ ਕਹਿ ਕੇ ਡਿਨਾਈ ਕੀਤਾ ਕਿ ਮੈਂ ਅਵਾਰਡ ਨਹੀਂ ਲੈਣਾ, ਮੈਨੂੰ ਇਨਵਾਇਰਮੈਂਟ ਚੰਗਾ ਚਾਹੀਦਾ। ਜੇ ਆਕੜੀ ਸਾਹਿਬ ਧਰਤੀ ਨਹੀਂ ਬਚੀ, ਪਾਣੀ ਨਾ ਬਚਿਆ, ਵਾਯੂ ਜਲ ਵਾਯੂ ਨਾ ਬਚਿਆ, ਤਾਂ ਇਨਾਮਾਂ ਸਨਮਾਨਾਂ ਦਾ ਕੀ ਮਾਇਨੇ ਰੱਖਦਾ? ਜਦੋਂ ਸਾਡੀ ਜਿਹੜੀ ਮਨੁੱਖੀ ਜਿਹੜੀ ਸਪੀਸ਼ੀਸ ਹੈ, ਇਹ ਜਿਹੜੀ ਮਨੁੱਖ ਜਿਹੜਾ ਹੋਣ ਦਾ ਜਿਹੜਾ ਇਨਸਾਨ ਜਾਂ ਕੁਦਰਤ ਜਿਹੜੀ ਹੈ, ਜੇ ਕੁਦਰਤੀ ਤਬਾਹ ਹੋ ਗਈ ਤਾਂ ਇਹ ਇਨਾਮ ਤਾਂ ਉਹਦੇ ਸਾਹਮਣੇ ਬਹੁਤ ਛੋਟੇ ਨੇ। ਸੋ ਮਨੁੱਖ ਜਿਹੜਾ ਹੈਗਾ ਆਪਣੇ ਹੱਥੀਂ ਉਸ ਨੂੰ ਤਬਾਹ ਕਰ ਰਿਹਾ ਵਾਤਾਵਰਨ ਨੂੰ। ਸੋ ਇਸ ਕਰਕੇ ਪੰਜਾਬ ਜਿਹੜਾ ਹੈਗਾ ਉਹ ਸਾਰੀ ਚੀਜ਼ ਨਾਲ ਜੁੜਿਆ ਹੋਇਆ। ਇਹ ਜਿਹੜਾ ਮਾਡਲ ਹੈ ਜਿਹਦਾ ਆਪਾਂ 1990 ਤੋਂ ਬਾਅਦ ਦਾ ਜਿਹੜਾ ਪੰਜਾਬ ਜਿਹੜਾ ਪੂਰੇ ਦੁਨੀਆਂ ਦੇ ਵਿੱਚ ਜਿਹਨੂੰ ਅਸੀਂ ਵਿਸ਼ਵੀਕਰਨ ਦਾ ਮਾਡਲ ਕਹਿੰਦੇ ਹਾਂ, ਉਹ ਮਾਡਲ ਜਿੰਨੀ ਦੇਰ ਰਹੇਗਾ ਉਨੀ ਦੇਰ ਇਹ ਪਾਣੀਆਂ ਦਾ ਜਾਂ ਵਾਯੂ ਮੰਡਲ ਦਾ ਜਾਂ ਸਾਰੇ
ਹਰ ਚੀਜ਼ ਦਾ ਜਿਹੜਾ ਹੈਗਾ ਉਹਦੇ ਉੱਤੇ ਸੰਕਟ ਆਏਗਾ ਹੀ ਆਏਗਾ। ਸੋ ਸਾਨੂੰ ਉਸ ਜਿਹੜੀ ਗਲੋਬਲ ਜਿਹੜਾ ਹੈਗਾ ਮਾਡਲ ਦੇ ਵਿੱਚੋਂ ਸਾਨੂੰ ਜਿਹੜੇ ਖੇਤੀ ਦਾ ਵੀ ਮਾਡਲ ਹੈ ਉਹਦੇ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ ਅੱਜ। ਜੀ ਜੀ, ਜੋਗਾ ਸਿੰਘ ਸੰਖੇਪ 'ਚ ਕੀ ਕਹਿਣਾ ਚਾਹੁੰਦੇ ਹੋ? ਅਕੜੀ ਸਾਹਿਬ, ਮੈਂ ਪਿੱਛੇ ਜੇ ਮੈਲਬੋਰਨ ਗਿਆ, 1847 ਦੇ ਕਰੀਬ ਉੱਥੋਂ ਪਹਿਲੀ ਵਾਰੀ ਸੋਨਾ ਕੱਢਿਆ। ਜੀ ਜੀ, ਉਹਨਾਂ ਨੇ ਉਸ ਟਾਈਮ ਦੀ ਬਿਲਡਿੰਗ ਅੱਜ ਤੱਕ ਉਵੇਂ ਰੱਖੀ ਹੋਈ ਹੈ। ਲੋਕ ਜਾਂਦੇ ਆ ਉਹਨਾਂ ਨੂੰ ਉਸੇ ਤਰ੍ਹਾਂ ਦਿਖਾਉਂਦੇ ਆ ਸੇਮ, ਲੇਕਿਨ ਅੱਜ ਜਿੱਥੇ ਪਾਣੀ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ, ਸਾਡੀਆਂ ਤਾਂ ਉਹ ਇਤਿਹਾਸਕ ਝਰੋਖੇ ਵੀ ਖਤਮ ਹੋ ਗਏ। ਸੋ ਮੈਂ ਸਮਝਦਾ ਅੱਜ ਪੰਜਾਬ ਨੂੰ ਇੱਕ ਅਜਿਹੀ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੀ ਲੋਕਾਂ ਨੂੰ ਲੋੜ ਹੈ। ਲੋਕ ਇੱਕ ਚੰਗੀ ਲੀਡਰਸ਼ਿਪ ਅੱਗੇ ਲਿਆਉਣ, ਜਿਹੜੀ ਪਾਣੀ ਇਨਵਾਇਰਮੈਂਟ ਦੇ ਨਾਲ ਨਾਲ ਸਾਡੇ ਪੰਜਾਬ ਦੇ ਇਤਿਹਾਸਕ ਝਰੋਖੇ ਵੀ ਬਚਾਵੇ ਅਤੇ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਵੀ ਕਰੇ। ਪਾਣੀ ਤਾਂ ਮਤਲਬ ਜੇ ਪਾਣੀ ਉਹਨਾਂ ਰਿਹਾ ਤਾਂ ਸਾਡੇ ਲੀਡਰ ਵੀ ਪਿਆਸੇ ਮਰ ਜਾਣਗੇ, ਲੀਡਰਾਂ ਨੂੰ ਵੀ ਇਸ ਮਸਲੇ 'ਤੇ ਸੋਚਣ ਦੀ ਲੋੜ। ਜੀ ਜੀ, ਜੋਗਾ ਸਿੰਘ ਜੀ ਪਾਣੀ ਨਹੀਂ ਪੀਂਦੇ ਜੀ? ਜੀ ਜੀ, ਉਹ ਲਹੂ ਪੀਂਦੇ ਆ। ਘੜੀ ਦੀ ਸੂਈ ਮੈਨੂੰ ਅੱਖਾਂ ਕੱਢੀ ਜਾਂਦੀ ਹੈ ਕਿ ਤੁਸੀਂ ਰੁਕੋ। ਸੋ ਪਿਆਰੇ ਦਰਸ਼ਕੋ, ਇਹ ਸੀ ਅੱਜ ਦਾ ਮੁੱਦਾ, ਪਾਣੀਆਂ ਦੇ ਮੁੱਦੇ ਤੇ ਰਾਜਨੀਤੀ ਕਿਸ ਕਗਾਰ ਤੇ ਆ, ਕਿਸ ਕਦਰ, ਕਿਸ ਤਰੀਕੇ, ਕਿਸ ਨੀਅਤ ਨਾਲ, ਕਿਸ ਨੀਤੀ ਨਾਲ ਪੋਲੀਟੀਕਲ ਪਾਰਟੀਆਂ ਲੋਕਾਂ ਦੇ ਧਿਆਨ ਨੂੰ ਡਿਵਰਟ ਕਰ ਰਹੀਆਂ ਨੇ। ਪਿਆਰੇ ਦਰਸ਼ਕੋ, ਤੁਹਾਨੂੰ ਸੋਚਣਾ ਪਊਗਾ, ਜਾਗਣਾ ਪਊਗਾ, ਉੱਠਣਾ ਪਊਗਾ, ਕਹਿਣਾ ਪਊਗਾ ਚੋਰ ਨੂੰ ਚੋਰ ਅਤੇ ਸਾਧ ਨੂੰ ਸਾਧ। ਜੇ ਤੁਸੀਂ ਨਾ ਸੰਭਲੇ ਤਾਂ ਸਾਂਭਣ ਵਾਲੇ ਹੋਰ ਆ ਜਾਣਗੇ। ਕਾਰਪੋਰੇਟ ਘਰਾਣੇ ਤਿਆਰ ਆ ਪੰਜਾਬ 'ਚ ਆਉਣ ਨੂੰ, ਬਚਣਾ ਚਾਹੀਦਾ। ਸਾਡੇ ਆਪਣੇ ਹੱਕਾਂ ਦੀ ਸਾਨੂੰ ਆਪ ਰਾਖੀ ਕਰਨੀ ਚਾਹੀਦੀ ਹੈ, ਚੰਗੇ ਲੀਡਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਤਾਂ ਜੋ ਸਾਫ਼ ਸੁਥਰੀ ਰਾਜਨੀਤੀ ਸਾਡੇ ਸੂਬੇ 'ਚ ਰਹੇ ਅਤੇ ਸਾਡੇ ਲੋਕਾਂ ਦੇ ਹੱਕਾਂ ਦੀ ਰਾਖੀ ਹੋਵੇ। ਸਾਡੇ ਲੋਕ ਵੀ ਅਵੇਅਰ ਹੋਣ, ਲੋਕਾਂ ਨੂੰ ਵੀ ਚਾਹੀਦਾ ਕਿ ਆਪਣੇ ਜਿਹੜੇ ਲੀਡਰ ਤੁਸੀਂ ਬਣਾਉਂਦੇ ਹੋ ਉਹ ਉੱਦਾਂ ਦੇ ਬਣਾਓ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਣ। ਸੋ ਬੜੈ ਸਾਹਿਬ ਤੁਹਾਡਾ ਧੰਨਵਾਦ, ਭੀਮਿੰਦਰ ਜੀ ਤੁਹਾਡਾ, ਜੋਗਾ ਸਿੰਘ ਜੀ ਤੁਹਾਡਾ, ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਸਵਾਗਤ। ਸੋ ਪਿਆਰੇ ਦਰਸ਼ਕੋ, ਮੈਨੂੰ ਦਿਓ ਇਜਾਜ਼ਤ, ਫਿਰ ਦੁਬਾਰਾ ਕਿਸੇ ਹੋਰ ਮੁੱਦੇ 'ਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ। ਫੋਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।